ਸਭ ਤੋਂ ਪਹਿਲਾਂ ਡਾਕਟਰ ਸਾਹਿਬ ਜਦੋਂ ਅਸੀਂ ਇਸ ਲੰਪੀ ਸਕਿਨ ਦੀ ਬਿਮਾਰੀ ਦੀ ਗੱਲ ਕਰਦੇ ਹਾਂ ਤਾਂ ਕੀ ਇਸ ਦਾ ਕੋਈ ਇਲਾਜ ਹੈ ਇਸ ਦੀ ਕੋਈ ਦਵਾਈ ਹੈ ਤੇ ਵਾਇਰਸ ਦੀ ਬਿਮਾਰੀ ਦੇ ਵਿੱਚ ਜਦੋਂ ਅਸੀਂ ਟ੍ਰੀਟਮੈਂਟ ਦੀ ਗੱਲ ਕਰਦੇ ਹਾਂ ਤੇ ਉਹ ਇਹ ਹੈ ਕਿ ਦਵਾ ਬਗਿਆਨਕਾਂ ਦਾ ਹੱਥ ਬਹੁਤ ਹੀ ਤੰਗ ਹੈ ਸਾਡੇ ਕੋਲ ਬਹੁਤ ਪ੍ਰਭਾਵੀ ਐਂਟੀਵਾਇਰਲ ਦਵਾਈਆਂ ਨਹੀਂ ਹੈਗੀਆਂ ਜਿਵੇਂ ਸਾਡੇ ਕੋਲ ਐਂਟੀਬਾਇਓਟਿਕ ਦਵਾਈਆਂ ਨੇ ਬੈਕਟੀਰੀਆ ਵਾਸਤੇ ਫੰਗਸ ਵਾਸਤੇ ਜਾਂ ਪ੍ਰੋਟੋਜ਼ੋਆ ਵਾਸਤੇ ਔਰ ਵਾਰਿਸ ਦੀਆਂ ਬਿਮਾਰੀਆਂ ਉੱਤੇ ਜਾ ਕੇ ਸਾਡੇ ਹੱਥ ਖੜੇ ਹੋ ਜਾਂਦੇ ਆ ਅੱਛਾ ਜਦੋਂ ਲੰਪੀ ਸਕਿਨ ਦੀ ਬਿਮਾਰੀ ਹੋ ਜਾਂਦੀ ਹੈ ਕੀ ਕਿਵੇਂ ਫੈਲਦੀ ਕਿਵੇਂ ਆ ਇੱਕ ਪਸ਼ੂ ਤੋਂ ਦੂਜੇ ਪਸ਼ੂ ਨੂੰ ਹੋ ਕਿਵੇਂ ਜਾਂਦੀ ਹੈ ਇੱਕ ਪਿੰਡ ਤੋਂ ਦੂਜੇ ਪਿੰਡ ਕਿਵੇਂ ਚਲੇ ਜਾਂਦੀ ਹੈ ਬਿਮਾਰੀ ਦੇਖੋ ਇਹ ਜੋ ਨਾਟਕ ਡਿਜੀਜ਼ ਹੈ ਇਹ ਕੀਟਾਂ ਤੋਂ ਫੈਲਦਾ ਇਹ ਮੱਖੀਆਂ ਦੇ ਕੱਟਣ ਤੋਂ ਮੱਛਰਾਂ ਦੇ ਕੱਟਣ ਤੋਂ ਚਿਚੜਾਂ ਦੇ ਕੱਟਣ ਤੋਂ ਵਗੈਰਾ ਵਗੈਰਾ ਫੈਲਦਾ ਪਸ਼ੂ ਦੀ ਮੌਤ ਹੁੰਦੀ ਆ ਬਾਪੂ ਜੀ ਤਾਂ ਮੈਨੂੰ ਲੱਗਦਾ 70-80 ਹਜ਼ਾਰ ਤੋਂ ਲੱਖ ਰੁਪਏ ਦਾ ਸਿੱਧਾ ਨੁਕਸਾਨ ਹੋਣਾ। ਥੱਲੇ ਘੱਟ ਕੋਈ ਪਸ਼ੂ ਨਹੀਂ ਵਿਲੇ ਜੇ ਕਿਸੇ ਖਰਚੇ ਇੱਕ ਜਾਂ ਦੋ ਪਸ਼ੂ ਖੁਰ ਜਾਣ। ਪੰਜਾਬੀ ਚ ਕਹਿੰਦੇ ਖੁਰ ਜਾਣ ਜਾਂ ਭੁਰ ਜਾਣ। ਤੇ ਉਹ ਕਰਸ਼ਾਣੀ ਰਾਸ ਨਹੀਂ ਹੋਊਗੀ। 2 ਸਾਲ ਪਿੱਛੇ ਚਲੇ ਜਾਂਦਾ ਬੰਦਾ। ਮੈਂ ਜੀ ਉਦੀ ਖੇਤੀ ਤਾਂ 2 ਲੱਖ ਦਾ ਫਾਇਦਾ ਨਹੀਂ। ਪਸ਼ੂ ਗਿਆ ਭੁਰ। ਦੋ ਟਾਈ ਕਿੱਲਾਂ ਦੀ ਖੇਤੀ ਚ ਕੱਖ ਨਹੀਂ ਹੁੰਦਾ। ਤੇ ਪਸ਼ੂ ਭੁਰ ਜੇ ਮੁੜ ਕੇ ਪਣਦਾ ਰਿਹਾ ਜੀ ਤੇ ਟੁੱਟ ਜਾਂਦਾ ਕਰਸ਼ਾਣੀ। ਕਹਿੰਦੇ ਅਸੀਂ ਕਹਿ ਤੱਕ ਕੇਂਦਰ ਨੂੰ ਕਿ ਸਾਨੂੰ ਭੇਜ ਦੋ ਲੱਖ ਡੋਜ਼ ਭੇਜ ਦੋ 1.5 ਲੱਖ ਡੋਜ਼ ਭੇਜੋ ਡੋਜ਼ ਉਹ ਨਾ ਤੋਂ ਮੰਗਣੀ ਹੈ ਤੇ ਆਪ ਜਿਵੇਂ ਨਾਲ ਕੋਈ ਕੱਖ ਹੀ ਨਹੀਂ ਹੁੰਦਾ ਉਹਨਾਂ ਨੂੰ ਇਹਨਾਂ ਬਾਰੇ ਜਾਣਕਾਰੀ ਨਹੀਂ ਦਿੰਦੇ ਕਿਸਾਨ ਕੋਲੇ ਜਾ ਕੇ ਪਸ਼ੂ ਪਾਲਕ ਨਹੀਂ ਪਰ ਉਹ ਅਡਵਾਈਜ਼ਰੀ ਜਾਰੀ ਕਰਤੀ ਉਹਨਾਂ ਦੀ ਅਡਵਾਈਜ਼ਰੀ ਜਾਰੀ ਕਰਤੀ ਕਹਿੰਦੇ ਇੱਕ ਪਸ਼ੂ ਨੂੰ ਦੂਜੇ ਪਸ਼ੂ ਮਤਲਬ ਹਾਂ ਕੱਲੀ ਅਡਵਾਈਜ਼ਰੀ ਜਾਰੀ ਕਰਕੇ ਇਹਨਾਂ ਦਾ ਕੋਈ ਡਾਕਟਰ ਪਸ਼ੂ ਮੇਲੇ 'ਚ ਲੱਗਣੇ ਹੈਗੇ ਕੋਈ ਵੀ ਡਾਕਟਰ ਪਿੰਡ ਦੇ ਵਿੱਚ ਪਸ਼ੂ ਕੋਲੇ ਜਾਣ ਨੂੰ ਤਿਆਰੀ ਨਹੀਂ ਅੱਛਾ ਪਸ਼ੂ ਪਾਲਕ ਤਾਂ ਇਸ ਵੇਲੇ ਬਹੁਤ ਮਾੜੇ ਦੌਰ ਦੇ ਵਿੱਚੋਂ ਨਿਕਲੇ ਹਾਂ ਪਸ਼ੂ ਪਾਲਕ ਇੰਨੇ ਇੱਕ ਮਾੜੇ ਦੌਰ ਚੋਂ ਨਿਕਲ ਰਹੇ ਨੇ ਦੇਖੋ ਜੀ ਪਸ਼ੂ ਪਾਲਕ ਕਿਹਦੇ ਕੋਲ ਜਾਏਗਾ ਡਾਕਟਰ ਕੋਲ ਜਾਏਗਾ ਡਾਕਟਰ ਕੋਲ ਇਲਾਜ ਨਹੀਂ ਡਾਕਟਰ ਦੌੜ ਕੇ ਕਿੱਥੇ ਜਾਏਗਾ ਯੂਨੀਵਰਸਿਟੀ ਕੋਲ ਜਾਏਗਾ ਰਿਸਰਚ ਇੰਸਟੀਚਿਊਟ ਕੋਲ ਜਾਏਗਾ ਉਹਨਾਂ ਕੋਲ ਕੋਈ ਇਲਾਜ ਨਹੀਂ ਰਿਸਰਚ ਇੰਸਟੀਚਿਊਟ ਕਿੱਥੇ ਜਾਏਗਾ ਉਹ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਕੋਲ ਜਾਏਗਾ ਜਾਂ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਕੋਲ ਜਾਏਗਾ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਜਾਂ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਉਹ ਦੇਖਣਗੇ ਡਬਲਯੂ ਐਚ ਓ ਵੱਲ ਡਬਲਯੂ ਐਚ ਓ ਅੱਗੇ ਜਾ ਕੇ ਕਾਰਪੋਰੇਟ ਘਰਾਣਿਆਂ ਦਾ ਦੀ ਦਲਾਲ ਸੰਸਥਾ ਬਣਿਆ ਹੋਇਆ ਹੁਣ ਜਿਹੜੀ ਪਸ਼ੂਆਂ ਵਾਸਤੇ ਵੀ ਤੁਹਾਡੇ ਕੋਲ ਇੱਕ ਦਵਾਈ ਹੈਗੀ ਹੈ ਕਿਹੜੀ ਦਵਾਈ ਹੈ ਕਿਵੇਂ ਉਹ ਕੰਮ ਕਰਦੀ ਹੈ ਕਿ ਉਹ ਕਾਰਗਰ ਵੀ ਹੈਗੀ ਹੈ ਇਹ ਬਰਾਡ ਸਪੈਕਟਰ ਐਂਟੀਵਾਇਰਲ ਦਵਾਈ ਹੈ ਹੁਣ ਆ ਗਈ ਲੰਪੀ ਸਕਿੰਡ ਜੀਜ਼ ਲੰਪੀ ਸਕਿੰਡ ਜੀਜ਼ ਵੀ ਵਾਇਰਸ ਦੀ ਬਿਮਾਰੀ ਹੈ ਹੁਣ ਕੀ ਹੋਇਆ ਕਿ ਇਹ ਦਵਾਈ ਮਾਰਕੀਟ ਚ ਅਵੇਲੇਬਲ ਹੈ ਹੈ ਔਰ ਇੱਕ ਲੋਕਾਂ ਨੂੰ ਇਹ ਪਤਾ ਹੈ ਕਿ ਇਹ ਡਾਕਟਰ ਰੌਲਖ ਨੇ ਇੱਕ ਦਵਾਈ ਬਣਾਈ ਹੋਈ ਹੈ ਜਿਹੜੀ ਐਂਟੀਵਾਇਰਲ ਆ ਲੋਕਾਂ ਨੇ ਇਹ ਟ੍ਰਾਈ ਕੀਤੀ ਆਪਣੇ ਪਸ਼ੂਆਂ ਉਤੇ ਔਰ ਉਹਨਾਂ ਨੂੰ ਇਹਦੇ ਲਾਜਵਾਬ ਰਿਜ਼ਲਟ ਮਿਲੇ ਨੇ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਸਾਡੇ ਤੱਕ ਵੀ ਪਹੁੰਚੀਆਂ ਜਿਹੜੇ ਲੋਕ ਪਸ਼ੂ ਪਾਲਕ ਕਹਿੰਦੇ ਨੇ ਕਿ ਅਸੀਂ ਬਿਮਾਰੀ ਲਈ ਇਹ ਲੰਪੀ ਸਕਿਨ ਬਿਮਾਰੀ ਦੀ ਦਵਾਈ ਵਰਤੀ ਹੈ ਤੇ ਜਿਹੜੇ ਪਸ਼ੂ ਨੇ ਠੀਕ ਹੋਏ ਇਹ ਦੇਖੋ ਜੀ ਇਹ ਤੇ ਸਾਡੀ ਖੁਸ਼ ਨਸੀਬੀ ਹੈ ਕਿ ਲੋਕੀ ਦਵਾਈ ਨੂੰ ਵਰਤ ਰਹੇ ਨੇ ਔਰ ਸਾਨੂੰ ਦੇਖੋ ਮੈਂ ਤੇ ਜਾ ਕੇ ਟ੍ਰਾਇਲ ਨਹੀਂ ਕੀਤਾ ਨਾ ਮੈਂ ਤੇ ਲੰਪੀ ਸਕਿਨ ਦਾ ਕੋਈ ਟ੍ਰਾਇਲ ਨਹੀਂ ਕੀਤਾ ਕਿਸਾਨ ਕਰ ਰਹੇ ਨੇ ਕਿ ਸਾਨੂੰ ਰਿਜ਼ਲਟ ਮਿਲਦੇ ਨੇ ਔਰ ਅਸੀਂ ਬਹੁਤ ਉਤਸ਼ਾਹਤ ਹੋ ਰਹੇ ਹਾਂ ਅੱਛਾ ਕਿਵੇਂ ਹੁਣ ਕੀ ਕਹਿ ਰਹੇ ਨੇ ਤੁਹਾਡੀ ਜਿੰਨੇ ਲੋਕਾਂ ਨਾਲ ਗੱਲ ਹੋਈ ਹੈ ਵੀ ਜੇ ਇਹ ਦਵਾਈ ਦਿੰਨੇ ਆ ਪਸ਼ੂ ਨੂੰ ਤਾਂ ਕਿੰਨੇ ਚਿਰ ਬਾਅਦ ਠੀਕ ਹੋ ਜਾਵੇ ਦੇਖੋ ਜੀ ਇਹ ਜਿਹੜਾ ਬੰਦਾ 2 ਡੱਬੀਆਂ ਲੈ ਕੇ ਜਾਂਦਾ ਅਗਲੀ ਵਾਰੀ 20 ਡੱਬੀਆਂ ਲੈ ਕੇ ਮੰਗ ਮੰਗਣ ਆਂਦਾ ਔਰ ਐਸੇ ਵੀ ਬੰਦੇ ਨੇ 50-50 ਡੱਬੀਆਂ ਲੈ ਕੇ ਜਾ ਰਹੇ ਨੇ ਇਹਦਾ ਮਤਲਬ ਉਹਨਾਂ ਨੂੰ ਰਿਜ਼ਲਟ ਮਿਲਦੇ ਤਾਂ ਨਹੀਂ ਆ ਤਾਂ ਹੀ ਆ ਆ ਸਾਡੀਆਂ ਗਾਵਾਂ ਨੇ ਇਹਨਾਂ ਨੂੰ ਅਸੀਂ 2-2 ਇੱਕ ਦਿਨ ਤਿੰਨ ਦਿੱਤੀਆਂ ਨੇ ਲਗਾਤਾਰ ਦੋ ਦਿਨਾਂ ਦੋ ਖਰਾਕਾਂ ਦਿੱਤੀਆਂ ਨੇ ਇਹਦੇ ਨਾਲ ਵੀ ਬਹੁਤ ਜ਼ਿਆਦਾ ਫਰਕ ਆ ਔਰ ਮੈਂ ਪੰਜਾਬ ਗਵਰਨਮੈਂਟ ਨੂੰ ਇੱਕ ਰਿਕਵੈਸਟ ਕਰਨਾ ਚਾਹੁੰਦਾ ਕਿ ਜਲੰਧਰ ਦੇ ਵਿੱਚ ਇੱਕ ਲੈਬ ਆ ਜਿਹੜੀ ਪੰਜਾਬ ਗਵਰਨਮੈਂਟ ਦੀ ਆ ਜਿਹਨੂੰ ਮੁਲਾਜ਼ਮ ਤਨਖਾਹਾਂ ਵੀ ਲੈ ਰਿਆ ਕੋਈ ਖਰਚਾ ਵੀ ਨਹੀਂ ਪੈਣਾ ਉਹਦੇ ਉੱਤੇ ਜੇ ਸਰਕਾਰ ਮੈਨੂੰ ਇਜਾਜ਼ਤ ਦੇ ਤੇ ਜੇ ਉਹਦੇ ਤੇ ਹੀ ਟ్రਾਇਲ ਕਰ ਲੈਨੇ ਆ ਚਲੋ ਹੋ ਸਕਦਾ ਮੇਰੀ ਦਵਾਈ ਕੰਮ ਨਾ ਕਰਦੀ ਹੋਵੇ ਕੀ ਪਤਾ ਮੈਂ ਝੂਠ ਬੋਲਦਾ ਹੋਵਾਂ ਉਥੇ ਤੇ ਦੁੱਧਾ ਦੁੱਧ ਉੱਤੇ ਪਾਣੀ ਦਾ ਪਾਣੀ ਸਾਹਮਣੇ ਆ ਜਾਣਾ ਟ్రਾਇਲ ਕਰ ਲੈਣ ਪਤਾ ਲੱਗ ਜੂਗਾ ਅੱਛਾ ਹੁਣ ਜਿਹੜਾ ਅਸੀਂ ਦੇਖ ਰਹੇ ਆ ਜੋ ਦੇਖ ਰਹੇ ਆ ਪਸ਼ੂਆਂ ਦੀ ਹਾਲਤ ਦੇਖੀ ਨਹੀਂ ਜਾਂਦੀ ਕਿ ਬੇਜੁਬਾਨ ਨੇ ਇੱਕ ਤਾਂ ਤੇ ਉਹਨਾਂ ਦੇ ਮੂੰਹ 'ਚੋਂ ਲਾਰ ਅੱਖਾਂ 'ਚੋਂ ਹੰਝੂ ਪੇਨ ਬਹੁਤ ਹੈ ਮੈਨੂੰ ਲੱਗਦਾ ਇਸ ਬਿਮਾਰੀ ਦੇ ਵਿੱਚ ਇਸ ਬਿਮਾਰੀ ਦੇ ਨਾਲ ਦੇਖੋ ਜੀ 1 ਇੰਚ ਤੋਂ ਲੈ ਕੇ 2 ਇੰਚ ਦੇ ਜ਼ਖਮ ਹੋ ਜਾਂਦੇ ਆ ਹੁਣ ਤੁਸੀਂ ਇਹ ਦੱਸੋ ਵੀ 2 ਇੰਚ ਦਾ ਜ਼ਖਮ ਕਿੱਡਾ ਵੱਡਾ ਜ਼ਖਮ ਹੁੰਦਾ ਉਹ ਕਿੰਨੀਆਂ ਮੱਖੀਆਂ ਬੈਠਦੀਆਂ ਕਿੰਨੇ ਜਾਨਵਰ ਔਰ ਕਿੰਨੀ ਦਰਦ ਹੁੰਦੀ ਹੈ ਔਰ ਇੱਕ ਹੋਰ ਚੀਜ਼ ਆ ਮੰਨ ਲਓ ਜੇ ਤੁਸੀਂ ਕਿਸੇ ਵੀ ਕਾਰਪੋਰੇਟ ਘਰਾਣੇ ਕੋਲ ਲੈ ਜਾਓ ਵੀ ਅੱਜੇ ਆਪਾਂ ਐਡਵਰਟਾਈਜ਼ ਕਰ ਦਿੰਦੇ ਆ ਇਹਦੀ ਮਸ਼ਹੂਰੀਆਂ ਦੇ ਦਿੰਦੇ ਆ ਇਸ਼ਤਿਹਾਰ ਦੇ ਦਿੰਦੇ ਆ ਸਰਕਾਰ ਤੱਕ ਪਹੁੰਚ ਕਰ ਲਾ ਦੇਣਾ ਚਾਹੇ ਕਰੋੜਾ ਰੁਪਏ ਕਮਾ ਲਓ ਇਹ ਹੁਣ 3-400 ਰੁਪਏ ਦੇ ਤੋਂ ਹੁਣ ਵੱਧ ਕੇ ਇਹ ਤੇ ਹਜ਼ਾਰਾਂ ਰੁਪਏ ਦੀ ਹੋ ਜਾਣੀ ਹੈ ਮੈਂ ਕੋਈ ਹਵਾ-ਹਵਾਈ ਸਾਇੰਟਿਸਟ ਨਹੀਂ ਆਗਾ ਅਸਲੀ ਦਾ ਸਾਇੰਟਿਸਟ ਆ ਔਰ ਮੈਂ ਖੋਜਾਂ ਕਰ ਰਿਹਾ ਔਰ ਮੈਨੂੰ ਪਤਾ ਕਿ ਖੋਜਾਂ ਜ਼ੀਰੋ ਕਾਸਟ ਦੇ ਹੁੰਦੀਆਂ ਨੇ ਔਰ ਜਿਹੜਾ ਇਹਨਾਂ ਨੇ ਤੁਸੀਂ forbes.com ਤੇ ਜਾਓ ਤੁਸੀਂ bloomberg.com ਤੇ ਜਾਓ ਤੁਸੀਂ ਅ ਅਮਰੀਕਾ ਗਵਰਨਮੈਂਟ ਦਾ CDC ਵਾਲਾਂ ਦਾ ਜਿਹੜਾ ਹੈਗਾ ਵੈਬਸਾਈਟ ਤੁਸੀਂ ਉੱਥੇ ਜਾਓ ਤੁਹਾਨੂੰ ਪਤਾ ਚੱਲੇਗਾ ਕਿ 2.6 ਬਿਲੀਅਨ ਡਾਲਰ ਦੀ ਇੱਕ ਖੋਜ ਹੁੰਦੀ ਯਾਨੀ 20000 ਕਰੋੜ ਦੀ ਇਹ 20000 ਕਰੋੜ ਦਾ ਪਹਾੜ ਖੜਾ ਕਰ ਦਿੱਤੇ ਦਿੱਤਾ ਜਾਂਦਾ ਸਾਇੰਟਿਸਟ ਦੇ ਰਸਤੇ 'ਚ ਖੱਡਾ ਰੁੜੀਆਂ ਬਹੁਤ ਥਾਂ 'ਤੇ ਹੈ ਨਹੀਂ ਜੇ ਹੈਗੀਆਂ ਨੇ ਤਾਂ ਇੰਨੇ ਵੱਡੇ ਪੱਦਰ ਤੇ ਕਿਥੇ ਉਹਨਾਂ ਨੂੰ ਜਿਹੜੇ ਪਸ਼ੂ ਨੇ ਉਹਨਾਂ ਦੀ ਡੈਡ ਬਾਡੀਜ਼ ਨੂੰ ਰੱਖਿਆ ਜਾਵੇ 스멜 ਆਉਂਦੀ ਆ ਬਦਬੂ ਫੈਲਦੀ ਆ ਮੈਨੂੰ ਲੱਗਦਾ ਹੋਰ ਬਿਮਾਰੀਆਂ ਵੀ ਫੈਲ ਸਕਦੀਆਂ ਨੇ ਬਿਲਕੁਲ ਇਹ ਬਹੁਤ ਵੱਡੀ ਸਮੱਸਿਆ ਹੈ ਖਾਸ ਤੌਰ ਤੇ ਵੱਡੇ ਨਗਰ ਹੈ ਨਾ ਪਿੰਡਾਂ ਵਿੱਚ ਤਾਂ ਹੈਗੇ ਜਿਨ੍ਹਾਂ ਨੇ ਵੱਡੇ ਨਗਰ ਨੇ ਉੱਥੇ ਹੀ ਨਹੀਂ ਉੱਥੇ ਪਸ਼ੂ ਯਾਰ ਹੋਣ ਜਿਵੇਂ ਲੁਧਿਆਣੇ ਲਾ ਲੋ ਤੁਹਾਨੂੰ ਜਾਣੇ ਕਿੰਨੇ ਪਸ਼ੂ ਨੇ ਆ ਡੇਰੀਆਂ ਦਾ ਕੰਮ ਹੈਗਾ ਆ ਖੱਡਾ ਰੋੜੀ ਹੈ ਜੀ ਮੈਂ ਭਗਵੰਤ ਮਾਨ ਤੱਕ ਵੀ ਅਪੀਲ ਕਰਦੇ ਆਂ ਕਿ ਦਵਾਈ ਦਾ ਟ੍ਰਾਇਲ ਕਰਕੇ ਦੇਖ ਲਓ ਜੇ ਫਾਇਦੇਮੰਦ ਹੈਗੀ ਹੈ ਤਾਂ ਬਚਾ ਲਓ ਪਸ਼ੂਆਂ ਨੂੰ ਬਚਾ ਲਓ ਪਸ਼ੂਆਂ ਨੂੰ ਆਪਣਾ ਮਸਾ ਮਕਸਦ ਇੰਨਾ ਹੀ ਆ ਡੈਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਭਰ ਦੇ ਵਿੱਚ ਇੱਕ ਭਿਆਨਕ ਬਿਮਾਰੀ ਫੈਲੀ ਹੋਈ ਹੈ ਲੰਪੀ ਸਕਿਨ ਜਿਹੜੀ ਪਸ਼ੂਆਂ ਦੇ ਵਿੱਚ ਫੈਲੀ ਹੋਈ ਹੈ ਜਿਸ ਕਾਰਨ ਹੁਣ ਤੱਕ ਸੈਂਕੜੇ ਪਸ਼ੂਆਂ ਦੀ ਮੌਤ ਹੋ ਗਈ ਹੈ ਹਜ਼ਾਰਾਂ ਪਸ਼ੂ ਹਰ ਰੋਜ਼ ਲੰਪੀ ਸਕਿਨ ਬਿਮਾਰੀ ਦੀ ਲਪੇਟ ਦੇ ਵਿੱਚ ਆ ਰਹੇ ਨੇ ਹਾਲਾਂਕਿ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਅਸੀਂ ਲਗਾਤਾਰ ਜਿਹੜੀ ਇਹ ਇੰਜੈਕਸ਼ਨ ਹੈ ਟੀਕਾ ਕਰਨਾ ਹੈ ਉਹ ਕਰ ਰਹੇ ਹਾਂ ਪਰ ਫਿਰ ਵੀ ਵੱਡੇ ਪੱਧਰ ਤੇ ਬਿਮਾਰੀ ਫੈਲੀ ਹੈ ਤੇ ਜਿਹੜੇ ਪਸ਼ੂ ਪਾਲਕ ਨੇ ਕਿਸਾਨ ਨੇ ਉਹਨਾਂ ਦਾ ਲੱਖਾਂ ਰੁਪਏ ਦਾ ਹਰ ਰੋਜ਼ ਨੁਕਸਾਨ ਹੋ ਰਿਹਾ ਹੈ ਇੱਕ ਪਸ਼ੂ ਪਾਲਕ ਪਸ਼ੂ ਪਾਲ ਕੇ ਗੁਜ਼ਾਰਾ ਕਰਦਾ ਹੈ ਤੇ ਦੂਜੇ ਪਾਸੇ ਪੈਸੇ ਵੀ ਲੱਗ ਰਹੇ ਨੇ ਪਸ਼ੂ ਦੀ ਜਾਨ ਵੀ ਜਾ ਰਹੀ ਹੈ ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਇੱਕ ਡਰੱਗ ਸਾਇੰਟਿਸਟ ਆਏ ਨੇ ਜਿਨ੍ਹਾਂ ਕੋਲ ਇਸ ਬਿਮਾਰੀ ਦਾ ਇੱਕ ਇਲਾਜ ਵੀ ਹੈ ਇਸ ਬਿਮਾਰੀ ਤੇ ਗੱਲਬਾਤ ਕਰਾਂਗੇ ਤਾਂ ਡਾਕਟਰ ਬੀ ਐਸ ਔਲਖ ਸਾਡੇ ਨਾਲ ਨੇ ਡਰੱਗ ਸਾਇੰਟਿਸਟ ਨੇ ਸਵਾਗਤ ਹੈ ਜੀ ਔਲਖ ਸਾਹਿਬ ਧੰਨਵਾਦ ਨਾਲ ਹੀ ਬਾਪੂ ਬਲਕੌਰ ਸਿੰਘ ਨੇ ਜਿਹੜੇ ਸਮਾਜਿਕ ਚਲੰਤ ਮੁਦਿਆਂ ਤੇ ਮਾਹਰ ਨੇ ਬਾਪੂ ਜੀ ਤੁਹਾਡਾ ਵੀ ਸਵਾਗਤ ਹੈ ਧੰਨਵਾਦ ਜੀ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਜਦੋਂ ਅਸੀਂ ਇਸ ਲੰਪੀ ਸਕਿਨ ਦੀ ਬਿਮਾਰੀ ਦੀ ਗੱਲ ਕਰਦੇ ਹਾਂ ਤਾਂ ਕੀ ਇਸ ਦਾ ਕੋਈ ਇਲਾਜ ਹੈ ਇਸ ਦੀ ਕੋਈ ਦਵਾਈ ਹੈ ਦੇਖੋ ਜੀ ਇਹ ਇੱਕ ਵਾਇਰਸ ਦੀ ਬਿਮਾਰੀ ਹੈ ਹਮ ਔਰ ਇਹ ਸਭ ਤੋਂ ਪਹਿਲਾਂ 1929 ਦੇ ਵਿੱਚ ਜਾਂਬੀਆ ਵਿੱਚ ਪਤਾ ਚੱਲਿਆ ਸੀ ਇਹਦਾ ਹਮ ਤੇ ਵਾਇਰਸ ਦੀ ਬਿਮਾਰੀ ਦੇ ਵਿੱਚ ਜਦੋਂ ਅਸੀਂ ਟ੍ਰੀਟਮੈਂਟ ਦੀ ਗੱਲ ਕਰਦੇ ਹਾਂ ਤੇ ਉਹ ਇਹ ਹੈ ਕਿ ਦਵਾ ਵਿਗਿਆਨਕਾਂ ਦਾ ਹੱਥ ਬਹੁਤ ਹੀ ਤੰਗ ਹੈ ਹਮ ਦੇ ਸਾਡੇ ਕੋਲ ਬਹੁਤ ਪ੍ਰਭਾਵੀ ਐਂਟੀਵਾਇਰਲ ਦਵਾਈਆਂ ਨਹੀਂ ਹੈਗੀਆਂ ਜਿਵੇਂ ਸਾਡੇ ਕੋ ਨੂੰ ਐਂਟੀਬਾਇਓਟਿਕ ਦਵਾਈਆਂ ਨੇ ਬੈਕਟੀਰੀਆ ਵਾਸਤੇ ਫੰਗਸ ਵਾਸਤੇ ਜਾਂ ਪ੍ਰੋਟੋਜੋਆ ਵਾਸਤੇ ਪਰ ਵਾਰਿਸ ਦੀਆਂ ਬਿਮਾਰੀਆਂ ਉੱਤੇ ਜਾ ਕੇ ਸਾਡੇ ਹੱਥ ਖੜੇ ਹੋ ਜਾਂਦੇ ਆ ਤੇ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਇਹਦੇ ਵਾਸਤੇ ਕੋਈ ਵੀ ਇਸ ਸਮੇਂ ਔਨ ਰਿਕਾਰਡ ਇਲਾਜ ਨਹੀਂ ਹੈਗਾ ਜਿਹੜੀ ਸਰਕਾਰ ਇਸ ਵੇਲੇ ਦਵਾਈ ਦੇ ਰਹੀ ਹੈ ਡੋਸ ਦੇ ਰਹੀ ਹੈ ਉਹ ਕਿਹੜੀ ਦਵਾਈ ਹੈ ਸਰਕਾਰ ਸਿੰਪਟੋਮੈਟਿਕ ਇਲਾਜ ਕਰ ਰਹੀ ਹੈ। ਹਮ ਬਿਮਾਰੀ ਦੇ ਜੋ ਲੱਛਣ ਨੇ ਨੰਬਰ ਇੱਕ ਜਿਹੜਾ ਬੁਖਾਰ ਹੁੰਦਾ ਬੁਖਾਰ ਨੂੰ ਉਤਾਰਨ ਵਾਸਤੇ ਪੈਰਾਸੀਟਾਮੋਲ ਦਿੱਤੀ ਜਾ ਰਹੀ ਹੈ। ਦੂਜਾ ਇਹ ਕਿ ਜਿਹੜੇ ਜ਼ਖਮ ਹੋ ਜਾਂਦੇ ਨੇ ਜਖਮ ਹੋਣ ਦੇ ਨਾਲ ਕੀ ਹੈ ਕਿ ਉਹਨੂੰ ਐਂਟੀਬਾਇਓਟਿਕਾਂ ਨਾਲ ਕੰਟਰੋਲ ਕੀਤਾ ਜਾ ਰਿਹਾ ਹੈ। ਬਾਕੀ ਜਿਹੜੇ ਹੋਰ ਨੇ ਜਿਵੇਂ ਉੱਤੇ ਮਲਮਾਂ ਲਗਾ ਦਿੱਤੇ ਜਾਂਦੇ ਨੇ ਜਾਂ ਟਿੰਚਰ ਲਗਾ ਦਿੱਤੇ ਜਾਂਦੇ ਨੇ ਜ਼ਖਮਾਂ ਦੇ ਉੱਤੇ। ਇਹੋ ਹੀ ਇਲਾਜ ਹੋ ਰਿਹਾ ਵਾ। ਬਾਕੀ ਉਹਨੂੰ ਥੋੜਾ ਆਰਾਮ ਦੇਣ ਵਾਸਤੇ ਪੇਨ ਕਿਲਰ ਦਿੱਤੇ ਜਾ ਰਹੇ ਨੇ ਜਾਂ ਐਂਟੀ ਹਿਸਟਾਮਿਨ ਦਿੱਤੇ ਜਾ ਰਹੇ ਨੇ ਜਿਵੇਂ ਸੀਪੀਐਮਾ ਕਲੋਰੋਫੇਨਫੇਨਰਾਮਿਨ ਮੈਲੀਏਟ ਵਗੈਰਾ ਜਿਹਨੂੰ ਏਵਲ ਕਹਿੰਦੇ ਆ ਅਸੀਂ ਆਮ ਪਾਸਾ ਦੇ ਵਿੱਚ। ਹੋਰ ਕੋਈ ਇਲਾਜ ਨਹੀਂ। ਅਛਾ ਜਦੋਂ ਲੰਪੀ ਸਕਿਨ ਦੀ ਬਿਮਾਰੀ ਹੋ ਜਾਂਦੀ ਹੈ ਕੀ ਕਿਵੇਂ ਫੈਲਦੀ ਕਿਵੇਂ ਆ ਇੱਕ ਪਸ਼ੂ ਤੋਂ ਦੂਜੇ ਪਸ਼ੂ ਨੂੰ ਹੋ ਕਿਵੇਂ ਜਾਂਦੀ ਹੈ ਇੱਕ ਪਿੰਡ ਤੋਂ ਦੂਜੇ ਪਿੰਡ ਕਿਵੇਂ ਚਲੇ ਜਾਂਦੀ ਹੈ ਬਿਮਾਰੀ ਦੇਖੋ ਇਹ ਜੂਨਟਿਕ ਡਿਜੀਜ਼ ਹੈ ਇਹ ਕੀਟਾਂ ਤੋਂ ਫੈਲਦਾ ਇਹ ਮੱਖੀਆਂ ਦੇ ਕੱਟਣ ਤੋਂ ਮੱਛਰਾਂ ਦੇ ਕੱਟਣ ਤੋਂ ਚਿਚੜਾਂ ਦੇ ਕੱਟਣ ਤੋਂ ਵਗੈਰਾ ਵਗੈਰਾ ਫੈਲਦਾ ਹੈ ਬਾਕੀ ਜਿਹੜਾ ਪਸ਼ੂ ਹੈ ਉਹਦੇ ਸਰੀਰ ਚੋਂ ਜਿਹੜੇ ਸੈਕ੍ਰੀਸ਼ਨ ਨਿਕਲਦੇ ਨੇ ਜਿਵੇਂ ਰੇਸ਼ਾ ਨਿਕਲਦਾ ਜ਼ਖਮਾਂ ਦੇ ਵਿੱਚੋਂ ਤੇ ਇਹਦੇ ਵਿੱਚ ਇੱਕ ਬੜੀ ਖਤਰਨਾਕ ਚੀਜ਼ ਹੁੰਦੀ ਆ ਕਿ ਜਿਹੜਾ ਮੂੰਹ ਹੈ ਨੱਕ ਹੈ ਜਾਂ ਜਿਹੜੀ ਸਾਡੀ ਖੁਰਾਕ ਨਲੀ ਆ ਜਾਂ ਜਿਹੜੇ ਉਹਦੇ ਗੁਪਤੰਗ ਨੇ ਆ ਪਸ਼ੂ ਦੇ ਆ ਉਹਨਾਂ ਦੇ ਵਿੱਚ ਜਦੋਂ ਇਹ ਬਿਮਾਰੀ ਦੇ ਲੰਪ ਹੁੰਦੇ ਨੇ ਤਾਂ ਉਹ ਬੜੀ ਜਲਦੀ ਫਟ ਜਾਂਦੇ ਆ ਉਹਨਾਂ ਚੋਂ ਰੇਸਾ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਉਹ ਜਿੱਥੇ ਵੀ ਲੱਗੇਗਾ ਦੂਜੇ ਜਾਨਵਰ ਨੂੰ ਜਾਂ ਕਿਸੇ ਤਰੀਕੇ ਨਾਲ ਜਾਂ ਉਹ ਮੱਖੀ ਨੂੰ ਲੱਗੇਗਾ ਜਿਹੜੀ ਉਹਨੂੰ ਕੱਟੇਗੀ ਆ ਕੇ ਦੂਜੇ ਜਾਨਵਰ ਤੇ ਜਾ ਕੇ ਬੈਠੇਗੀ ਇਸ ਤਰੀਕੇ ਨਾਲ ਇਹ ਬਹੁਤ ਤੇਜ਼ੀ ਨਾਲ ਫੈਲਦਾ अच्छा आ, नुकसान बहुत बड़ा है जे हुन एक पशु दी मौत हुंदी है बापू जी ता मेन लगदा 70 80000 ਤੋਂ ਲੱਖ ਰੁਪਏ ਦੱਸਦਾ ਨੁਕਸਾਨ ਇਤੋਂ ਥੱਲੇ ਘੱਟ ਕੋਈ ਪਸ਼ੂ ਨਹੀਂ ਵਿਲੇ ਜੇ ਕਿਸੇ ਘਰ ਚ ਇੱਕ ਜਾਂ ਦੋ ਪਸ਼ੂ ਖੁਰ ਜਾਣ ਹੂੰ ਪੰਜਾਬੀ ਚ ਕਹਿੰਦੇ ਖੁਰ ਜਾਣ ਜਾਂ ਭੁਰ ਜਾਣ ਹੂੰ ਤੇ ਉਹ ਕਰਸ਼ਾਣੀ ਰਾਸ ਨਹੀਂ ਆਉਂਦੀ ਹੂੰ ਦੋ ਸਾਲ ਪਿੱਛੇ ਚਲੇ ਜਾਂਦਾ ਬੰਦਾ ਮੈਂ ਜੀ ਉਦੀ ਖੇਤੀ ਦਾ 2 ਲੱਖ ਦਾ ਫਾਇਦਾ ਨਹੀਂ ਪਸ਼ੂ ਗਿਆ ਭੁਰ ਦੋ ਢਾਈ ਕਿੱਲਾਂ ਦੀ ਖੇਤੀ ਚ ਕੱਖ ਨਹੀਂ ਹੁੰਦਾ ਤੇ ਪਸ਼ੂ ਭੁਰ ਜੇ ਮੁੜਕੇ ਬਣਦਾ ਨਹੀਂ ਹੈ ਜੀ ਤੇ ਟੁੱਟ ਜਾਂਦਾ ਕਰਸ਼ਾਣ ਹੂੰ ਇਸ ਕਰਕੇ ਇਹਦਾ ਜੇ ਰਾਏ ਦਾ ਇਲਾਜ ਆ ਜਿੰਨਾ ਛੇਤੀ ਤੇ ਜਿੰਨਾ ਸਸਤਾ ਤੇ ਜਿੰਨਾ ਤੇਜ਼ੀ ਨਾਲ ਕੀਤਾ ਜਾਵੇ ਉਹ ਨਹੀਂ ਪਤਾ ਕੀ ਕੀ ਰਿਪੋਰਟ ਕੀ ਆ ਹੁਣ ਤੁਸੀਂ ਲੋਕਾਂ ਨਾਲ ਗੱਲਬਾਤ ਕਰਦੇ ਹੋ ਹਜ਼ਾਰਾਂ ਰੁਪਏ ਲੱਗ ਰਿਹਾ ਲੋਕਾਂ ਦਾ ਤਾਂ ਬੁਰਾ ਹਾਲ ਹੈ ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਕੀ ਕੀਤਾ ਜਾਵੇ ਜਿਹੜੇ ਸਰਕਾਰੀ ਡਾਕਟਰ ਇਹਨਾਂ ਦਾ ਕੋਈ ਖਿਆਲ ਨਹੀਂ ਪੱਕੀ ਗੱਲ ਹੈ ਇਹ ਯੂਨੀਵਰਸਿਟੀਆਂ ਵੀ ਚੁੱਪਕੀਆਂ ਬੈਠੀਆਂ ਨੇ ਕੋਈ ਹੈ ਦੀ ਐਵੇਂ ਐਵੇਂ ਆਹ ਰਾਣਜਾ ਕਰ ਦਿੰਦੇ ਆ ਹਾਂ ਨਾਮ ਦੀ ਹੀ ਨੇ ਉਹਨਾਂ ਦੇ ਕੋਲੇ ਕੋਈ ਜਾਂਦਾ ਨਹੀਂ ਕੋਈ ਉਹਨਾਂ ਨੂੰ ਕਿਸੇ ਪ੍ਰਕਾਰ ਕਹਿੰਦੇ ਅਸੀਂ ਕਹਿਤਾ ਕੇਂਦਰ ਨੂੰ ਕਿ ਸਾਨੂੰ ਭੇਜ ਦੋ ਲੱਖ ਡੋਜ਼ ਭੇਜ ਦੋ 1.5 ਲੱਖ ਡੋਜ਼ ਭੇਜੋ ਡੋਜ਼ ਉਹ ਨਾ ਤਾਂ ਮੰਗਣੀ ਆ ਤੇ ਆਪ ਜਿਵੇਂ ਨਾ ਕੋਈ ਕੱਖ ਹੀ ਨਹੀਂ ਹੁੰਦਾ ਉਹਨਾਂ ਨੂੰ ਇਹਨਾਂ ਬਾਰੇ ਜਾਣਕਾਰੀ ਹੀ ਨਹੀਂ ਦਿੰਦੇ ਕਿਸਾਨ ਕੋਲੇ ਜਾ ਕੇ ਪਸ਼ੂ ਪਾਲਕ ਨਹੀਂ ਪਰ ਉਹ ਅਡਵਾਈਜ਼ਰੀ ਜਾਰੀ ਕਰਤੀ ਉਹਨਾਂ ਨੇ ਅਡਵਾਈਜ਼ਰੀ ਜਾਰੀ ਕਰਤੀ ਕਹਿੰਦੇ ਇੱਕ ਪਸ਼ੂ ਨੂੰ ਦੂਜੇ ਪਸ਼ੂ ਮਤਲਬ ਕੱਲੀ ਅਡਵਾਈਜ਼ਰੀ ਜਾਰੀ ਕਰਕੇ ਇਹਨਾਂ ਦਾ ਕੋਈ ਡਾਕਟਰ ਪਸ਼ੂ ਮੇਲੇ ਨਹੀਂ ਲੱਗਣੇ ਹੈਗੇ ਕੋਈ ਵੀ ਡਾਕਟਰ ਪਿੰਡ ਦੇ ਵਿੱਚ ਪਸ਼ੂ ਕੋਲੇ ਜਾਣ ਨੂੰ ਤਿਆਰੀ ਨਹੀਂ ਅਡਵਾਈਜ਼ਰੀ ਕੋ ਆਪਣੇ ਕਰਤੀ ਜਾਰੀ ਮੰਨ ਲਿਆ ਕਨਬੀ ਦੀ ਨਿਕਲ ਗਈ ਜਦੋਂ ਤੁਸੀਂ ਕੋਲੇ ਜਾ ਕੇ ਗੱਲ ਕਰਦੇ ਹੋ ਫਿਰ ਅੱਛਾ ਪਸ਼ੂ ਪਾਲਕ ਤਾਂ ਇਸ ਵੇਲੇ ਬਹੁਤ ਮਾੜੇ ਦੌਰ ਦੇ ਵਿੱਚੋਂ ਨਿਕਲ ਰਿਹਾ ਹੈ ਹਾਂ ਪਸ਼ੂ ਪਾਲਕ ਇੰਨੇ ਕ ਮਾੜੇ ਦੌਰ ਚੋਂ ਨਿਕਲ ਰਹੇ ਨੇ ਦੇਖੋ ਜੀ ਪਸ਼ੂ ਪਾਲਕ ਕਿਹਦੇ ਕੋਲ ਜਾਏਗਾ ਡਾਕਟਰ ਕੋ ਜਾਏਗਾ ਡਾਕਟਰ ਕੋਲੇ ਇਲਾਜ ਨਹੀਂ ਡਾਕਟਰ ਦੌੜ ਕੇ ਕਿੱਥੇ ਜਾਏਗਾ ਯੂਨੀਵਰਸਿਟੀ ਕੋ ਜਾਏਗਾ ਰਿਸਰਚ ਇੰਸਟੀਚਿਊਟ ਕੋ ਜਾਏਗਾ ਉਹਨਾਂ ਕੋਲ ਕੋਈ ਇਲਾਜ ਨਹੀਂ ਰਿਸਰਚ ਇੰਸਟੀਚਿਊਟ ਕਿੱਥੇ ਜਾਏਗਾ ਉਹ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਕੋ ਜਾਏਗਾ ਜਾਂ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਕੋ ਜਾਏਗਾ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਜਾਂ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਉਹ ਦੇਖਣਗੇ WHO ਵੱਲ WHO ਅੱਗੇ ਜਾ ਕੇ ਕਾਰਪੋਰੇਟ ਕਰਾਣਿਆਂ ਦਾ ਦੀ ਦਲਾਲ ਸੰਸਥਾ ਬਣਿਆ ਹੋਇਆ ਉਹ ਉਹਨੂੰ ਇੱਕੋ ਗੱਲ ਦਾ ਚਿੰਤਾ ਹੈ ਕਿ ਕੋਈ ਕਾਰਬੋਡ ਕਰਾਣੇ ਆਉਣ ਉਹ ਦਵਾਈਆਂ ਬਣਾਉਣ ਜਿੰਨੀਆਂ ਬਿਮਾਰੀਆਂ ਫੈਲਣਗੀਆਂ ਉਹਨੀਆਂ ਦਵਾਈਆਂ ਵਿਕਣਗੀਆਂ ਉਹਨਾਂ ਨੂੰ ਫਾਇਦਾ ਹੋਏਗਾ ਕੋਲ ਮੰਨ ਲਾ ਕੇ ਬਿਮਾਰਾ ਇਲਾਜ ਆ ਹੀ ਨਹੀਂ ਰਿਹਾ ਅੱਛਾ ਤੁਹਾਡੇ ਕੋਲ ਜਿਹੜੀ ਹੁਣ ਦਵਾਈ ਹੈ ਕਿਉਂਕਿ ਪਹਿਲਾਂ ਤੁਸੀਂ ਕਰੋਨਾ ਚ ਵੀ ਦੱਸਿਆ ਕਿ ਇੱਕ ਮੈਡੀਸਨ ਹੈਗੀ ਹੈ ਹੁਣ ਜਿਹੜੀ ਪਸ਼ੂਆਂ ਵਾਸਤੇ ਵੀ ਤੁਹਾਡੇ ਕੋਲ ਇੱਕ ਦਵਾਈ ਹੈਗੀ ਹੈ ਕਿਹੜੀ ਦਵਾਈ ਹੈ ਕਿਵੇਂ ਉਹ ਕੰਮ ਕਰਦੀ ਹੈ ਕਿ ਉਹ ਕਾਰਗਰ ਵੀ ਹੈਗੀ ਹੈ ਦੇਖੋ ਜੀ ਇਹ ਦਵਾਈ ਹੈ ਮੈਂ ਤੁਹਾਨੂੰ ਦੱਸ ਦਿੰਦਾ ਇਹ ਸਾਹਮਣੇ ਹੈ ਐਲਪਰੋ ਸਕਸਮਲਾਨ ਦੀ ਦਵਾਈ ਹੈ ਇਹਨੂੰ ਡਿਪਾਰਟਮੈਂਟ ਆਫ ਫਾਇਰਵੇ ਦਾ ਆ ਗਵਰਨਮੈਂਟ ਆਫ ਪੰਜਾਬ ਨੇ ਰਿਸਰਚ ਕੀਤੀ ਹੈ ਹਾਂ ਇਹਦੀ ਰਿਸਰਚ ਕੀਤੀ ਹੋਈ ਆ ਇਹ ਰਿਸਰਚ ਇਹ ਦਵਾਈ ਬਣੀ ਆਯੁਰਵੈਦਿਕ ਸਿਸਟਮ ਦੇ ਵਿੱਚ ਇਹਦੀ ਰਿਸਰਚ ਰਿਸਰਚ ਆਯੁਰਵੈਦਿਕ ਨਹੀਂ ਹੁੰਦੀ ਕੋਈ ਵੀ ਰਿਸਰਚ ਸਾਰਿਆਂ ਦੀ ਸਾਂਝੀ ਹੁੰਦੀ ਆ ਆਲੋਪੈਥੀ ਦੀ ਆਯੁਰਵੈਦ ਦੀ ਸਾਰਿਆਂ ਦੀ ਰਿਸਰਚ ਸਾਂਝੀ ਹੁੰਦੀ ਆ ਮੇਰਾ ਮੁੱਦਾ ਕੀ ਹੈ ਇਹ ਦਵਾਈ ਦੀ ਖੋਜ ਕੀਤੀ ਅਸੀਂ ਐਫਐਮਡੀ ਵਾਇਰਸ ਵਾਸਤੇ ਫੋਟਨ ਮੋਡ ਜੀ ਉਹਦੇ ਵਾਸਤੇ ਅਸੀਂ ਕੀਤੀ ਇਹਦੀ ਖੋਜ ਔਰ ਉਹਦੇ ਵਾਸਤੇ ਕੀ ਹੋਇਆ ਕਿ ਇਹ ਖੋਜ ਦੇ ਬਾਅਦ ਚ ਕਰੋਨਾ ਵੀ ਆਇਆ ਕਰੋਨਾ ਵਾਸਤੇ ਵੀ ਅਸੀਂ ਨੂੰ ਟਰਾਈ ਕੀਤਾ ਬੜੇ ਅੱਛੇ ਰਿਜ਼ਲਟ ਮਿਲੇ ਇਨਫਲੂਐਂజా ਵਾਸਤੇ ਵੀ ਟਰਾਈ ਕੀਤਾ ਇਹ ਬਰਾਡ ਸਪੈਕਟਰ ਐਂਟੀ viral ਦਵਾਈ ਆ ਹੁਣ ਆ ਗਈ ਲੰਪੀ ਸਕੈਂਡੀ ਜੀ ਲੰਪੀ ਸਕੈਂਡੀ ਜੀ ਵੀ ਵਾਇਰਸ ਦੀ ਬਿਮਾਰੀ ਆ ਹੁਣ ਕੀ ਹੋਇਆ ਕਿ ਇਹ ਦਵਾਈ ਮਾਰਕੀਟ ਚ ਅਵੇਲੇਬਲ ਆ ਹੈ ਔਰ ਇੱਕ ਲੋਕਾਂ ਨੂੰ ਇਹ ਪਤਾ ਹੈ ਕਿ ਇਹ ਡਾਕਟਰ ਰੌਲਖ ਨੇ ਇੱਕ ਦਵਾਈ ਬਣਾਈ ਹੋਈ ਆ ਜਿਹੜੀ ਐਂਟੀ viral ਆ ਲੋਕਾਂ ਨੇ ਇਹ ਟਰਾਈ ਕੀਤੀ ਆਪਣੇ ਪਸ਼ੂਆਂ ਉਤੇ ਔਰ ਉਹਨਾਂ ਨੂੰ ਇਹਦੇ ਲਾਜਵਾਬ ਰਿਜ਼ਲਟ ਮਿਲੇ ਨੇ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਸਾਡੇ ਤੱਕ ਵੀ ਪਹੁੰਚੀਆਂ ਜਿਹੜੇ ਲੋਕ ਪਸ਼ੂ ਪਾਲਕ ਕਹਿੰਦੇ ਨੇ ਕਿ ਅਸੀਂ ਬਿਮਾਰੀ ਲਈ ਇਹ ਲੰਪੀ ਸਕਿਨ ਬਿਮਾਰੀ ਲਈ ਦਵਾਈ ਵਰਤੀ ਹੈ ਤੇ ਜਿਹੜੇ ਪਸ਼ੂ ਨੇ ਠੀਕ ਹੋਏ ਨੇ ਇਹ ਦੇਖੋ ਜੀ ਇਹ ਤੇ ਸਾਡੀ ਖੁਸ਼ ਨਸੀਬੀ ਹੈ ਕਿ ਲੋਕੀ ਦਵਾਈ ਨੂੰ ਵਰਤ ਰਹੇ ਨੇ ਔਰ ਸਾਨੂੰ ਦੇਖੋ ਮੈਂ ਤੇ ਜਾ ਕੇ ਟ੍ਰਾਇਲ ਨਹੀਂ ਕੀਤਾ ਨਾ ਮੈਂ ਤੇ ਲੰਬੀ ਸਕਿਨ ਦਾ ਕੋਈ ਟ੍ਰਾਇਲ ਨਹੀਂ ਕੀਤਾ ਕਿਸਾਨ ਕਰ ਰਹੇ ਨੇ ਕਿ ਸਾਨੂੰ ਰਿਜ਼ਲਟ ਮਿਲਦੇ ਨੇ ਔਰ ਅਸੀਂ ਬਹੁਤ ਉਤਸ਼ਾਹਤ ਹੋ ਰਹੇ ਹਾਂ ਅੱਛਾ ਕਿਵੇਂ ਹੁਣ ਕੀ ਕਹਿ ਰਹੇ ਨੇ ਤੁਹਾਡੇ ਜਿੰਨੇ ਲੋਕਾਂ ਨਾਲ ਗੱਲ ਹੋਈ ਹੈ ਵੀ ਜੇ ਇਹ ਦਵਾਈ ਦਿੰਨੇ ਆ ਪਸ਼ੂ ਨੂੰ ਤਾ ਕਿੰਨੇ ਚਿਰ ਬਾਅਦ ਠੀਕ ਹੋ ਜਾਂਦਾ ਦੇਖੋ ਜੀ ਇਹ ਬਾਈ ਮਾਊਥ ਪਬਲਿਸਿਟੀ ਫੈਲ ਰਹੀ ਹੈ ਜਿਹੜਾ ਬੰਦਾ ਦੋ ਡਬੀਆਂ ਲੈ ਕੇ ਜਾਂਦਾ ਅਗਲੀ ਵਾਰੀ 20 ਡਬੀਆਂ ਲੈ ਕੇ ਮੰਗ ਮੰਗਣ ਆਂਦਾ ਔਰ ਐਸੇ ਬੰਦੇ ਨੇ 50-50 ਡਬੀਆਂ ਲੈ ਕੇ ਜਾ ਰਹੇ ਨੇ ਇਹਦਾ ਮਤਲਬ ਉਹਨਾਂ ਨੂੰ ਰਿਜ਼ਲਟ ਮਿਲਦੇ ਤਾਂ ਨਹੀਂ ਆ ਤਾਂ ਹੀ ਆ ਉਹ ਬਾਕੀ ਦੂਜਾ ਮੈਂ ਹੈ ਕਹੈਂ ਸਾਇੰਟਿਸਟ ਮੈਨੂੰ ਪਤਾ ਹੈ ਕਿ ਇਹ ਬ੍ਰਾਡ ਸਪੈਕਟ੍ਰਮ ਐਂਟੀਵਾਇਰਲ ਦਵਾਈ ਹੈ ਤੇ ਬਰਾਰ ਇਨਸਪੈਕਟਰ ਮੈਂਟੀ ਵਾਇਰਲ ਦਵਾਈ ਜਿਹੜੀ ਆ ਇਹ ਕਿਸੇ ਵੀ ਬਿਮਾਰੀ ਤੇ ਪ੍ਰਭਾਵੀ ਹੋਏਗੀ ਮੈਂ ਨਹੀਂ ਕਹਿੰਦਾ ਕਿ ਹਰ ਬਿਮਾਰੀ ਤੇ ਪ੍ਰਭਾਵੀ ਹੋਏਗੀ ਕਿਉਂਕਿ ਮੇਰੇ ਕੋਲ ਇੱਥੇ ਡਾਕੂਮੈਂਟ ਪਏ ਆ ਮੇਰੇ ਕੋਲ ਇੱਕ ਡਾਕੂਮੈਂਟ ਪਏ ਆ ਜਿਹਦੇ ਚ ਇਹ ਦੱਸਿਆ ਗਿਆ ਕਿ ਇਹ ਜਿਹੜੀ ਜਿਹੜਾ ਫਾਰਮੂਲਾ ਹੈ ਇਹ ਏਡਜ਼ ਵਾਇਰਸ ਤੇ ਵੀ ਕੰਮ ਕਰਦਾ ਉਥੇ ਇਹ ਵਾਇਰੋਸਟੈਟਿਕ ਆ ਯਾਨੀ ਕਿ ਬਿਮਾਰੀ ਨੂੰ ਰੋਕ ਦਿੰਦਾ ਪਰ ਬਿਮਾਰੀ ਨੂੰ ਪੂਰੀ ਤਰ੍ਹਾਂ ਰੈਡੀਕੇਟ ਨਹੀਂ ਕਰਦਾ ਪਰ ਜਿੱਥੇ ਐਫਐਮਡੀ ਉੱਤੇ ਜੋ ਇਹ ਰਿਜ਼ਲਟ ਦੇਖੇ ਇਹਦੇ ਔਰ ਜੋ ਹੁਣ ਅਸੀਂ ਲੰਪੀ ਸਕੈਨ ਤੇ ਰਿਜ਼ਲਟ ਦੇਖ ਰਹੇ ਆ ਇਹਦੇ ਬਿਮਾਰੀ ਨੂੰ ਜੜ ਪਰ ਬਹੁਤ ਸਾਰੇ ਲੋਕਾਂ ਦੇ ਮਨ 'ਚ ਇਹ ਵੀ ਸਵਾਲ ਹੋ ਸਕਦਾ ਹੈ ਕਿ ਡਾਕਟਰ ਸਾਹਿਬ ਆਪਣੀ ਦਵਾਈ ਵੇਚਣ ਕਰਕੇ ਆਪਣੇ ਮੁਨਾਫੇ ਕਰਕੇ ਇਸ ਦਵਾਈ ਦੀ ਤਾਰੀਫ ਕਰ ਰਹੇ ਨੇ ਪ੍ਰਸ਼ੰਸਾ ਕਰ ਰਹੇ ਹਨ ਹਾਂ ਮੈਂ ਇਹ ਕਹਿਣਾ ਦੇਖੋ ਆ ਮੇਰੇ ਕੋਲ ਡਾਕੂਮੈਂਟ ਪਿਆ ਹੈ ਇਹ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ICAR ਦਾ ਡਾਕੂਮੈਂਟ ਹੈ ਇਹ ਉਹਨਾਂ ਨੇ ਉਹਨਾਂ ਨੇ ਮੈਨੂੰ ਮੇਲ ਭੇਜੀ ਹੋਈ ਹੈ ਇਹਦੇ ਵਿੱਚ ਆਪਾਂ ਖੈਰ ਉਹਨਾਂ ਦਾ ਨਾਂ ਨਹੀਂ ਲਵਾਂਗੇ ਬਹੁਤ بڑے ਆਦਮੀ ਨੇ ਉੱਤੇ ਨਾਂ ਵੀ ਲਿਖਿਆ ਹੋਇਆ ਅਫਸਰ ਦਾ ਉਹਨਾਂ ਨੇ ਆਪਣਾ ਮੋਬਾਈਲ ਨੰਬਰ ਵੀ ਮੈਨੂੰ ਦਿੱਤਾ ਹੋਇਆ ਔਰ ਇਹਦੇ ਉੱਤੇ ਜੇ ਤੁਸੀਂ ਥੋੜਾ ਜਿਹਾ ਲਾ ਕੇ ਕੈਮਰਾ ਮਾਰੋਗੇ ਤੇ ਇੱਕ ਜੂਮ ਮੀਟਿੰਗ ਦੀ ਗੱਲ ਕੀਤੀ ਗਈ ਹੈ ਉਹਨਾਂ ਨਾਲ ਮੇਰੀ ਜੂਮ ਮੀਟਿੰਗ ਵੀ ਹੋਈ ਹੈ ਉਹਨਾਂ ਨੇ ਮੈਨੂੰ ਇਹ ਕਿਹਾ ਸੀਗੇ ਕਿ ਉਹ ਮੇਰੇ ਐਂਟੀਵਾਇਰਲ ਫਾਰਮੂਲੇ ਦੇ ਉੱਤੇ ਕੰਮ ਕਰਨਾ ਚਾਹੁੰਦੇ ਆ ਉਦੋਂ ਐਫਐਮਡੀ ਦਾ ਆਊਟਬਰੇਕ ਚੱਲ ਰਿਹਾ ਸੀ ਮੈਂ ਇਹ ਚਾਹੁੰਦਾ ਕਿ ਉਹ ਜੇ ਐਫਐਮਡੀ ਦਾ ਆਊਟ ਆਊਟ ਬ੍ਰੇਕ ਬਹੁਤ ਜ਼ਬਰਦਸਤ ਤਰੀਕੇ ਨਾਲ ਆ ਗਿਆ ਸਾਹਮਣੇ ਹੁਣ ਜਦ ਕਿਉਂਕਿ ਇਹ ਆਊਟ ਬ੍ਰੇਕ ਆਇਆ ਔਰ ਮੈਂ ਪੰਜਾਬ ਗਵਰਨਮੈਂਟ ਨੂੰ ਇੱਕ ਰਿਕਵੈਸਟ ਕਰਨਾ ਚਾਹੁੰਦਾ ਕਿ ਜਲੰਧਰ ਦੇ ਵਿੱਚ ਇੱਕ ਲੈਬ ਆ ਜਿਹੜੀ ਪੰਜਾਬ ਗਵਰਨਮੈਂਟ ਦੀ ਆ ਜਿਹਨੂੰ ਮੁਲਾਜ਼ਮ ਤਨਖਾਹਾਂ ਵੀ ਲੈ ਰਿਆ ਕੋਈ ਖਰਚਾ ਵੀ ਨਹੀਂ ਪੈਣਾ ਉਹਦੇ ਉੱਤੇ ਜੇ ਸਰਕਾਰ ਮੈਨੂੰ ਇਜਾਜ਼ਤ ਦੇ ਦੇ ਔਰ ਆ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਦੇ ਡਾਕੂਮੈਂਟ ਨੇ ਆ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੇ ਡਾਕੂਮੈਂਟ ਨੇ ਦੋਵੇਂ ਕਾਉਂਸਲਾਂ ਹੂੰ ਤੇ ਜੇ ਉਹਦੇ ਤੇ ਅਸੀਂ ਟ్రਾਇਲ ਕਰ ਲੈਨੇ ਆ ਚਲੋ ਹੋ ਸਕਦਾ ਮੇਰੀ ਦਵਾਈ ਕੰਮ ਨਾ ਕਰਦੀ ਹੋਏ ਕੀ ਪਤਾ ਮੈਂ ਝੂਠ ਬੋਲਦਾ ਹੋਵਾਂ ਉਥੇ ਨਾ ਦੁੱਧਾ ਦੁੱਧ ਉੱਤੇ ਪਾਣੀ ਦਾ ਪਾਣੀ ਸਾਹਮਣੇ ਆ ਜਾਣਾ ਟ్రਾਇਲ ਕਰ ਲੈਣ ਪਤਾ ਲੱਗ ਜਾਊਗਾ ਪਤਾ ਲੱਗ ਜਾਊਗਾ ਔਰ ਐਡਾ ਬੜਾ ਡਿਪਾਰਟਮੈਂਟ ਆ ਡਿਪਾਰਟਮੈਂਟ ਆਫ ਐਨੀਮਲ ਐਨੀਮਲਿਸਟਰੀ ਆ ਸਰਕਾਰ ਕੋਲ ਇੱਕ ਯੂਨੀਵਰਸਿਟੀ ਵੀ ਅਗੜਵਾਸੂ ਹੈ ਜਦੋਂ ਸਰਕਾਰ ਆਪਣਾ ਸਿਸਟਮ ਇਹਨੂੰ ਓਲਡ ਕਰੇ ਨਾ ਪਤਾ ਕਰੇ ਨਾ ਕੀ ਪਤਾ ਮੈਂ ਝੂਠਾ ਹੋਵਾਂ ਦੇ ਜਦੋਂ ਫੀਲਡ ਦੇ ਵਿੱਚ ਰਿਜ਼ਲਟ ਆਉਣਗੇ ਦੇਖੋ ਜਿਹੜੇ ਕਿਸਾਨ ਲੈ ਕੇ ਜਾ ਰਹੇ ਆ ਔਰ ਜਿਹੜੇ ਬਿਮਾਰੀ ਜਦੋਂ ਸਟਾਰਟਿੰਗ ਹੋ ਰਹੀ ਹੈ ਜਿਹੜੇ ਪਸ਼ੂਆਂ ਨੂੰ ਇਹ ਬਿਮਾਰੀ ਨੂੰ ਤਾਂ ਬੰਨ ਕੇ ਰੱਖ ਦਿੰਦੀ ਆ ਹਾਂ ਇਹ ਨਹੀਂ ਮਤਲਬ ਦਿੰਦੇ ਅਵੇਲੇਬਲ ਹੈ ਮੈਡੀਕਲ ਸਟੋਰਸ ਤੇ ਅਵੇਲੇਬਲ ਹਾਂ ਮੈਡੀਕਲ ਸਟੋਰ ਤੇ ਆਯੁਰਵੈਦਿਕ ਦਵਾਈ ਹੈ ਅੱਛਾ ਔਰ ਇਹ ਕੋਈ ਸ਼ਡਿਊਲ ਐਕਸ ਸ਼ਡਿਊਲ ਐਕਸ ਜਾਂ ਸ਼ਡਿਊਲ ਜੀ ਡਰਗ ਦਾ ਹੈ ਹੀ ਨਹੀਂ ਕੋਈ ਬਹੁਤ ਮਹਿੰਗੀ ਦਵਾਈ ਹੈ ਕਿੰਨੇ ਦੀ ਕਿਵੇਂ ਦੀ ਇਹ 320 ਰੁਪਏ ਦੀ ਹੈ ਅਸੀਂ ਕਿਸਾਨਾਂ ਨੂੰ ਕੀ ਕਰ ਰਹੇ ਹਾਂ ਜਿਹੜੇ ਕਿਸਾਨਾਂ ਨੂੰ ਜਾ ਰਿਹਾ ਅਸੀਂ 40% ਡਿਸਕਾਊਂਟ ਦੇ ਦੇ ਰਹੇ ਹਾਂ ਅੱਛਾ ਕਿਉਂ ਨੂੰ ਮਤਲਬ 40% ਡਿਸਕਾਊਂਟ ਦੇ ਕਿਸਾਨਾਂ ਨੂੰ ਦੇ ਰਹੇ ਹਾਂ ਕਿਉਂਕਿ ਸਾਨੂੰ ਵੀ ਪਤਾ 200 ਰੁਪਏ ਦੀ ਰਹਿ ਗਈ ਹੈ ਔਰ 200 ਰੁਪਏ ਦੀ ਰਹਿ ਗਈ ਸਾਨੂੰ ਵੀ ਪਤਾ ਕਿ ਕਿਸਾਨ ਬੜੀ ਮੁਸੀਬਤ ਚ ਨੇ ਅੱਛ ਉਹਨਾਂ ਦੇ ਮੂੰਹ 'ਚੋਂ ਲਾਰ ਅੱਖਾਂ 'ਚੋਂ ਹੰਝੂ ਪੇਨ ਬਹੁਤ ਹੈ ਮੈਨੂੰ ਲੱਗਦਾ ਇਸ ਬਿਮਾਰੀ ਦੇ ਵਿੱਚ ਇਸ ਬਿਮਾਰੀ ਦੇ ਨਾਲ ਦੇਖੋ ਜੀ 1 ਇੰਚ ਤੋਂ ਲੈ ਕੇ 2 ਇੰਚ ਦੇ ਜ਼ਖਮ ਹੋ ਜਾਂਦੇ ਹੁਣ ਤੁਸੀਂ ਇਹ ਦੱਸੋ ਵੀ 2 ਇੰਚ ਦਾ ਜ਼ਖਮ ਕਿੱਡਾ ਵੱਡਾ ਜ਼ਖਮ ਹੁੰਦਾ ਉਹ 'ਚ ਕਿੰਨੀਆਂ ਮੱਖੀਆਂ ਬੈਠਦੀਆਂ ਕਿੰਨੇ ਜਾਨਵਰ ਔਰ ਕਿੰਨੀ ਦਰਦ ਹੁੰਦੀ ਹੈ ਔਰ ਇੱਕ ਹੋਰ ਚੀਜ਼ ਹੈ ਇਹ ਜਿਹੜੀ ਸਾਡੀ ਇਹ ਐਪੀਡਰਮਸ ਹੈ ਇਹ ਉਪਰਲੀ ਸਕਿਨ ਉਹਦੇ ਥੱਲੇ ਡਰਮਸ ਉਦੋਂ ਤੱਕ ਜ਼ਖਮ ਜਾਂਦਾ ਉਥੇ ਉਦੇ ਤੱਕ ਜ਼ਖਮ ਜਾਂਦਾ ਥੱਲੇ ਕੂਟੇਨੀਸ ਲੇਅਰ ਹੈ ਇੱਕ ਇਹ ਥੱਲੇ ਲੇਅਰ ਹੈ ਇੱਕ ਚਮੜੀ ਦੇ ਉਦੋਂ ਤੱਕ ਜਗ ਮਸਲ ਤੱਕ ਜਾਂਦਾ ਇਹ ਜ਼ਖਮ ਤੂੰ ਦੇਖੋ ਕਿੰਡਾ ਗਹਿਰਾ ਜ਼ਖਮ ਉਹਦੀ ਦਰਦ ਕਿੰਨੀ ਹੋਏਗੀ ਔਰ ਪਸ਼ੂ ਦੇ ਸਰੀਰ ਤੇ ਸੈਕਰੇਜ ਜ਼ਖਮ ਨੇ ਪਸ਼ੂ ਨਾ ਬੈਠ ਸਕਦਾ ਉਹਦੇ ਮੂੰਹ ਚ ਜ਼ਖਮ ਨੇ ਨੱਕ ਤੇ ਜ਼ਖਮ ਨੇ ਉਹਦੇ ਗੁਪ ਤੰਗਾ ਤੇ ਜ਼ਖਮ ਨੇ ਮਤਲਬ ਉਹ ਨਾ ਖਾ ਸਕਦਾ ਕੁਝ ਤੇ ਉਹ ਕਿੰਨੀ ਤਕਲੀਫ ਹੋਏ ਅੱਛਾ ਬੁਖਾਰ ਚੜਦਾ ਪਹਿਲਾਂ ਡਾਕਟਰ ਸਾਹਿਬ ਇਹ ਪਹਿਲਾਂ ਬੁਖਾਰ ਹੀ ਆਉਂਦਾ ਪਹਿਲਾਂ ਜਦੋਂ ਦੇਖੋ ਅੱਜ ਕਿਸੇ ਨੂੰ ਇਨਫੈਕਸ਼ਨ ਹੋਈ ਆ ਵਾਇਰਸ ਨੂੰ ਤੇ ਵਾਇਰਸ ਹੋਣ ਤੋਂ ਬਾਅਦ ਉਹ ਇਨਫੈਕਟ ਉਹ 7 ਦਿਨਾਂ ਬਾਅਦ ਤਕਰੀਬਨ ਆ ਕੇ ਬੁਖਾਰ ਆਉਂਦਾ ਔਰ ਬੁਖਾਰ ਬੜਾ ਤੇਜ਼ ਆਉਂਦਾ ਕਰੀਬ 106 ਡਿਗਰੀ ਤੱਕ ਫੋਰਨਾਈਟ ਤੱਕ ਜਾਂਦਾ ਉਹ ਹਫਤਾ ਇੱਕ ਉਹ ਬੁਖਾਰ ਆਂਦਾ ਫਿਰ ਉਹ ਨਾ ਉਹਦੇ ਉਹ ਗੱਠਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਗੱਠਾਂ ਪੈਣ ਤੋਂ ਬਾਅਦ ਫਿਰ ਉਹ ਸਾਰੇ ਸਰੀਰ ਤੇ ਫੋੜੇ ਨਿਕਲਣੇ ਸ਼ੁਰੂ ਹੋ ਜਾਂਦੇ ਆ ਉਹ ਜਿਹਨੂੰ ਲੰਫਸ ਬੋਲਦੇ ਆ ਫਿਰ ਉਹ ਪਸ਼ੂ ਪੱਠੇ ਵੀ ਨਹੀਂ ਖਾਂਦਾ ਆ ਫਿਰ ਉਹ ਫੋੜੇ ਉਹਨਾਂ ਚ ਕਈ ਫਟ ਜਾਂਦੇ ਆ ਪੱਠੇ ਤਾਂ ਖਾਈ ਨਹੀਂ ਸਕਦਾ ਨਾ ਅੰਦਰ ਤੇ ਜ਼ਖਮ ਹੋਗੇ ਮੂੰਹ ਦੇ ਅੰਦਰ ਜ਼ਖਮ ਹੋਗੇ ਦੁੱਧ ਵੀ ਘਟਦਾ ਬਿਲਕੁਲ ਹਾਂ ਦੁੱਧ ਜਿਹੜਾ ਦੁੱਧ ਤਾਂ ਬਿਲਕੁਲ ਹੀ ਸੁੱਕ ਜਾਂਦਾ 10 ਕਿਲੋ ਵਾਲਾ ਪਸ਼ੂ 12 ਕਿਲੋ ਵਾਲਾ ਕਿਲੋ ਦਿਆ ਜਾਂਦਾ ਔਰ ਪਿੰਡਾਂ ਚ ਤੇ ਇੱਕ ਨਵਾਂ ਟ੍ਰੈਜਡੀ ਆ ਰਸਈ ਖੋਲ ਦਿੰਦੇ ਨੇ ਮਤਲਬ ਦੇਖੋ ਕਿ ਲੱਖਾਂ ਲੱਖਾਂ ਦੇ ਪਸ਼ੂ ਲੋਕੀ ਆਪਣੇ ਘਰਾਂ ਚੋਂ ਕੱਢ ਰਹੇ ਨੇ ਅਸੀਂ ਸਰਕਾਰ ਨੂੰ ਇਹੋ ਗੱਲ ਕਹਿਣੀ ਚਾਹੁੰਦੇ ਆਂ ਕਿ ਜੇ ਗਲਤੀ ਦੇ ਨਾਲ ਇੱਕ ਐਡੀ ਵੱਡੀ ਐਂਟੀ-ਵਾਇਰਲ ਦਵਾਈ ਦੀ ਖੋਜ ਪੰਜਾਬ ਦੀ ਧਰਤੀ ਤੇ ਹੋ ਗਈ ਆ ਤੇ ਪੰਜਾਬ ਗਵਰਨਮੈਂਟ ਉਹਨੇ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਭਗਤ ਸਿੰਘ ਦੇ ਟ੍ਰਾਇਲ ਕਰ ਲਿਓ ਟ੍ਰਾਇਲ ਭਾ ਪਾਕਿਸਤਾਨੀ ਵਿਚਾਰਧਾਰਾ ਤੇ ਚੱਲ ਲੜਣਾ ਚਾਹੁੰਦੇ ਦਾਵਾ ਕਰਦੇ ਹੋ ਪੱਗਾ ਵੀ ਤੁਸੀਂ ਬਸੰਤੀ ਬੰਨੀ ਜਾਂਦੇ ਹੋ ਤੁਸੀਂ ਇੱਕ ਤਾਂ ਟ੍ਰਾਇਲ ਕਰ ਲਓ ਇਹਦਾ ਦੂਜੀ ਗੱਲ ਇਹ ਹੈਗੀ ਆ ਕਿ ਜਿਹੜਾ ਇਹ ਸਿਸਟਮ WHO ਨੇ ਸਾਡੇ ਉੱਤੇ ਥੋਪਿਆ ਹੋਇਆ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਸਰਚ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਉਹ ਜਿਹੜਾ ਕਾਰਪੋਰੇਟ ਘਰਾਣਿਆਂ ਨੂੰ 20000 ਚਾਹੀਦਾ ਉਹਦੇ ਵਾਸਤੇ ਫਿਰ ਉਹਦੇ ਵਾਸਤੇ ਕਹਿੰਦੇ ਆ ਕਿ 2.6 ਬਿਲੀਅਨ ਡਾਲਰ ਯਾਨੀ ਕਿ ਕਰੀਬ ਕਰੀਬ 20000 ਕਰੋੜ ਰੁਪਈਆ ਉਹੀ ਸਰ ਰਿਸਰਚ ਕਰ ਸਕਦਾ ਬਸ ਹੁਣ ਮੈਂ ਤੁਹਾਨੂੰ ਇੱਕ ਨਿੱਗੀ ਜਿੱਕਾਣੀ ਦੱਸਦਾ ਅੱਧੇ ਮਿੰਟ ਦੀ ਜਦੋਂ ਦੁਨੀਆ ਦੀ ਸਭ ਤੋਂ ਮਹਾਨ ਖੋਜ ਪੈਨਸਿਲਿਨ ਦੀ ਖੋਜ ਹੋਈ ਪੈਨਸਿਲਿਨ ਦੀ ਖੋਜ ਕਿਵੇਂ ਹੋਈ ਕਿ ਇੱਕ 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 ਲੈਬੈਟਰੀ ਟਿਕਣੀ ਸੀ ਹੰਦੀ ਲੈਬ ਦੇ ਵਿੱਚ ਇੱਕ ਉਹ ਖਰਾਬ ਹੋ ਗਈ ਕਲਚਰ ਉਹ ਵਿਚਾਰਾ ਆਪਣੇ ਉਸ ਤੋਂ ਬਾਅਦ ਆਪਣੇ ਬੌਸ ਦੇ ਚਲਾ ਗਿਆ ਉਹ ਬੱਚੇ ਦੇ ਬਰਥਡੇ ਦੇ ਉੱਤੇ ਉੱਥੇ ਉਹਦੇ ਦਿਮਾਗ 'ਚ ਬੈਠੇ ਬੈਠਾ ਆਇਆ ਕਿ ਜਿਹੜਾ ਉਹ ਬੈਕਟੀਰੀਆ ਸੀ ਜਿਹਦੀ ਮੈਂ ਕਲਚਰ ਲਾਈ ਸੀ ਉਹ ਸਟੈਫਾਈਲੋਕੋਕਸ ਬੈਕਟੀਰੀਆ ਸੀ ਐਨਾ ਖਤਰਨਾਕ ਬੈਕਟੀਰੀਆ ਸੀ ਉਹਨੇ ਸੋਚਿਆ ਕਿ ਜਿਹੜੀ ਚੀਜ਼ ਨੇ ਖਰਾਬ ਕੀਤੀ ਹੈ ਮੇਰੀ ਉਹ ਕਲਚਰ ਹੋਏ ਨਾ ਹੋਏ ਕਿ ਉਹਦੇ ਵਿੱਚ ਉਹਦਾ ਇਲਾਜ ਛੁਪਿਆ ਹੋਇਆ ਹੈ ਸਟੈਫਾਈਲੋਕੋਕਸ ਦਾ ਟਾਈਫਾਈਡ ਦਾ ਇਲਾਜ ਛੁਪਿਆ ਹੋਇਆ ਉਹ ਵਿਚਾਰਾ ਦੌੜਾ ਚਲਾ ਆਇਆ ਦੇਖੋ ਉਹ ਉਹਦੇ ਦਿਮਾਗ ਦੇ ਵਿੱਚ 150 ਸੈਕਿੰਡ 'ਚ ਜੋ ਆਈਡੀਆ ਆਇਆ ਉਹੀ ਖੋਜ ਹੁੰਦੀ ਹੈ ਅੱਜ ਵੀ ਖੋਜਾਂ ਇਵੇਂ ਹੀ ਹੁੰਦੀਆਂ ਨੇ ਪਰ ਇਹ ਨਹੀਂ ਵੀ 20000 ਕਰੋੜ ਰੁਪਏ ਚਾਹੀਦਾ ਹੈ ਖੋਜ ਵਾਸਤੇ ਕੋਈ ਕੋਈ ਵੀ ਕਰ ਸਕਦਾ ਖੋਜ ਦੇ ਉੱਤੇ ਪੰਜੀ ਨਹੀਂ ਲੱਗਦੀ ਹੂੰ 2 ਰੁਪਏ ਨਹੀਂ ਲੱਗਦੇ ਹੂੰ ਸੈਂਟਿਸਟ ਦੇ ਦਿਮਾਗ 'ਚ ਖੋਜ ਹੁੰਦੀ ਆ ਸੈਂਟਿਸਟ ਦਾ ਦਿਮਾਗ ਹੀ ਸਭ ਤੋਂ ਵੱਡੀ ਦਵਾਈ ਹੈ ਜੇ ਦੇਖੋ ਇੱਕ ਪਾਸੇ ਚਲੋ ਆਪਾਂ ਚਾਹੁੰਦੇ ਆ ਵੀ ਸਰਕਾਰ ਇਹਦਾ ਟ੍ਰਾਇਲ ਕਰਕੇ ਦੇਖ ਲਵੇ ਤੇ ਚੈੱਕ ਕਰ ਲਵੇ ਦੂਜਾ ਜਿਹੜੇ ਹੁਣ ਲੋਕ ਵਰਤ ਰਹੇ ਨੇ ਉਹ ਕਹਿੰਦੇ ਰਿਜ਼ਲਟ ਹੈ ਤੇ ਵਰਤ ਲੈਣ ਕੋਈ ਨੁਕਸਾਨ ਤਾਂ ਨਹੀਂ ਕਿਸੇ ਦਾ ਦੇਖੋ ਜੀ ਦਵਾਈ ਲੀਗਲੀ ਬਣੀ ਆ ਮੈਨੂਫੈਕਚਰਿੰਗ ਲਾਇਸੈਂਸ ਨਾ ਬਣੀ ਆ ਸਰਕਾਰ ਦੀ ਮਨਜ਼ੂਰੀ ਨਾ ਬਣੀ ਆ ਔਰ ਲੋਕਾਂ ਨੂੰ ਲੋਕਾਂ ਤੱਕ ਇਹ ਗੱਲ ਖਬਰ ਪਹਿਲੀ ਹੋਈ ਹੈ ਕਿ ਡਾਕਟਰ ਔਲਖ ਨੇ ਦਵਾਈ ਬਣਾਈ ਹੈ ਐਲਪ੍ਰੋਸੋਕਸਮ ਐਲਪ੍ਰੋਸੋਕਸਮ ਔਰ ਇਹ ਦਵਾਈ ਲੋਕਾਂ ਨੂੰ ਪਤਾ ਹੈ ਕਿ ਐਂਟੀਵਾਇਰਲ ਦਵਾਈ ਹੈ ਔਰ ਐਂਟੀਵਾਇਰਸ ਦੀ ਦਵਾਈ ਹੈ ਵਾਇਰਸ ਦੀ ਬਿਮਾਰੀ ਫੈਲੀ ਹੋਈ ਹੈ ਤੇ ਔਰ ਲੋਕੀ ਇਹਨੂੰ ਯੂਜ਼ ਕਰ ਰਹੇ ਆ ਔਰ ਲੋਕਾਂ ਨੂੰ ਦੇਖੋ ਇੱਕ ਨਵੀਂ ਸਾਇੰਸ ਉੱਪਜ ਰਹੀ ਆ ਮੈਂ ਲੋਕਾਂ ਦਾ ਸਾਇੰਟਿਸਟ ਆ ਮੈਂ ਕਾਰਪੋਰੇਟ ਘਰਾਣਿਆਂ ਦਾ ਸਾਇੰਟਿਸਟ ਨਹੀਂ ਹਾਂ ਮੈਂ ਸਰਕਾਰਾਂ ਦਾ ਸਾਇੰਟਿਸਟ ਹਾਂ ਮੰਨ ਲਓ ਜੇ ਤੁਸੀਂ ਕਿਸੇ ਵੀ ਕਾਰਪੋਰੇਟ ਘਰਾਣੇ ਕੋਲ ਲੈ ਜਾਓ ਵੀ ਅੱਜੇ ਆਪਾਂ ਐਡਵਰਟਾਈਜ਼ ਕਰ ਦਿੰਦੇ ਆ ਇਹਦੀ ਮਸ਼ਹੂਰੀਆਂ ਦੇ ਦਿੰਦੇ ਆ ਇਸ਼ਤਿਹਾਰ ਦੇ ਦਿੰਦੇ ਆ ਸਰਕਾਰ ਤੱਕ ਪਹੁੰਚ ਕਰ ਲੈਂਦੇ ਚਾਹੇ ਕਰੋੜਾ ਰੁਪਏ ਕਮਾ ਲਓ ਇਹ ਹੁਣ 3-400 ਰੁਪਏ ਦੇ ਤੋਂ ਹੁਣ ਵੱਧ ਕੇ ਇਹ ਤੇ ਹਜ਼ਾਰਾਂ ਰੁਪਏ ਦੀ ਹੋ ਜਾਣੀ ਆ ਕਾਰਪੋਰੇਟ ਘਰਾਣਿਆਂ ਦੀ ਤਿਆਰੀਆਂ ਭਰ ਜਾਣੀਆਂ ਹੁਣ ਤੁਸੀਂ ਇਹ ਦੇਖੋਗੇ ਮੈਂ ਡਰਗ ਸਾਇੰਟਿਸਟ ਹਾਂ ਆ ਕੈਨੇਡਾ ਦੀ ਗਵਰਨਮੈਂਟ ਨੇ ਮੈਨੂੰ ਪੇਟੈਂਟ ਦਿੱਤਾ ਹੋਇਆ ਆ ਥੱਲੇ ਆ ਇਹ ਆਸਟ੍ਰੇਲੀਆ ਦੀ ਗਵ ਜੋ ਐਸਐਨਐਮ ਨੂੰ ਡਰਗ ਪੜਨ ਦਿੰਦਾ ਹੋਇਆ ਮੈਂ ਕੋਈ ਹਵਾ ਹਵਾਈ ਸਾਇੰਟਿਸਟ ਨਹੀਂ ਹਾਂ ਅਸਲੀ ਦਾ ਸਾਇੰਟਿਸਟ ਹਾਂ ਔਰ ਮੈਂ ਖੋਜਾਂ ਕਰ ਰਿਹਾ ਹਾਂ ਔਰ ਮੈਨੂੰ ਪਤਾ ਕਿ ਖੋਜਾਂ ਜ਼ੀਰੋ ਕਾਸਟ ਦੇ ਹੁੰਦੀਆਂ ਨੇ ਔਰ ਜਿਹੜਾ ਇਹਨਾਂ ਨੇ ਤੁਸੀਂ 4web.com ਤੇ ਜਾਓ ਤੁਸੀਂ bloomberg.com ਤੇ ਜਾਓ ਤੁਸੀਂ ਅਮਰੀਕਾ ਗਵਰਨਮੈਂਟ ਦਾ ਸੀਡੀਸੀ ਵਾਲਾਂ ਦਾ ਜਿਹੜਾ ਹੈਗਾ ਵੈਬਸਾਈਟ ਤੁਸੀਂ ਉੱਥੇ ਜਾਓ ਤੁਹਾਨੂੰ ਪਤਾ ਚੱਲੇਗਾ ਕਿ 2.6 ਬਿਲੀਅਨ ਡਾਲਰ ਦੀ ਇੱਕ ਖੋਜ ਹੁੰਦੀ ਹੈ ਯਾਨੀ 20000 ਕਰੋੜ ਦੀ ਇਹ 20000 ਕਰੋੜ ਦਾ ਪਹਾੜ ਖੜਾ ਕਰ ਦਿੱਤੇ ਦਿੱਤਾ ਜਾਂਦਾ ਸਾਇੰਟਿਸਟ ਦੇ ਰਸਤੇ 'ਚ ਕਿ ਕੋਈ ਸਾਇੰਟਿਸਟ ਖੋਜ ਆਪਣੀ ਰਿਪੋਰਟ ਨਾ ਕਰੇ ਚਲੋ ਚਲੋ ਆਪਾਂ ਫੇਰ ਕਿਉਂਕਿ ਅਸੀਂ ਜਿਹੜਾ ਸਾਡਾ ਅੱਜ ਦਾ ਮੁੱਦਾ ਹੈ ਡਾਕਟਰ ਸਾਹਿਬ ਉਹ ਇਹ ਹੈ ਵੀ ਜਿਹੜੇ ਪਸ਼ੂ ਪਾਲਕ ਨੇ ਜਿਹੜੇ ਇਸ ਵੇਲੇ بڑے ਮਾੜੇ ਦੌਰ 'ਚੋਂ ਨਿਕਲ ਰਹੇ ਨੇ ਉਹਨਾਂ ਦਾ ਕੋਈ ਫਾਇਦਾ ਹੋ ਜਵੇ ਇਹ ਦਵਾਈ ਕਿਵੇਂ ਕੰਮ ਕਰੂਗੀ ਫਿਰ ਪਸ਼ੂ ਨੂੰ ਜਦੋਂ ਮੈਂ ਇਹ ਕਹਿਣਾ ਚਾਹੁੰਦਾ ਭਗਵੰਤ ਮਾਨ ਜੀ ਇਹ ਜ ਇਹ ਦਵਾਈ ਤੁਸੀਂ ਇਹ ਕੋਈ ਜ਼ਹਿਰ ਨਹੀਂ ਹੈ ਗਵਰਨਮੈਂਟ ਨੇ ਮਨਜ਼ੂਰ ਕੀਤਾ ਇਹਨੂੰ ਇਹ ਇਨਸਾਨਾ ਇਨਸਾਨ ਨਹੀਂ ਮਰਦੇ ਨਾ ਇਹਨਾਂ ਨਾਲ ਤੇ ਪਸ਼ੂ ਵੀ ਨਹੀਂ ਮਰਨੇ ਇਹ ਦਵਾਈ ਟਰਾਈ ਕਰਨ ਚ ਕੀ ਜਾਂਦਾ ਇਹ ਕਿੰਨੇ ਡੋਸ ਕਿਵੇਂ ਦਿੱਤੀ ਜਾ ਸਕਦੀ ਇਹਦੇ 4 ਕੈਪਸੂਲ ਅੱਜ 4 ਕੱਲ 4 ਪਰਸੋਂ 4 ਚੌਥ 4 ਦਿਨਾਂ ਦਾ ਕੋਰਸ ਹੈ ਸਾਰਾ ਹੂੰ ਹੂੰ ਇਹ 8 ਅੱਟ ਕੈਪਸੂਲ ਹੁੰਦੇ ਆ ਦੋ ਡੱਬੀਆਂ ਦੇ ਨਾਲ ਪਸ਼ੂ ਠੀਕ ਹੋ ਜਾਏਗਾ ਬਹੁਤ ਮਤਲਬ ਕਮਾਲ ਦੀ ਗੱਲ ਹੈ ਜੇ ਜਿਵੇਂ ਤੁਸੀਂ ਦੱਸ ਰਹੇ ਹੋ ਤੇ ਜਿਵੇਂ ਇਹਦਾ ਜੇ ਅਸਰ ਹੋ ਰਿਹਾ ਕਿ 8 ਕੈਪਸੂਲਾਂ ਦੇ ਨਾਲ ਜੇ ਕਿਸੇ 1 ਲੱਖ ਦੇ ਪਸ਼ੂ ਦੀ 2-300 ਦੀ ਦਵਾਈ ਨਾਲ ਜਾਨ ਬਚ ਜਾਵੇ ਮੈਨੂੰ ਲੱਗਦਾ ਇਹ ਤੋਂ ਵੱਡੀ ਕੋਈ ਗੱਲ ਹੋ ਨਹੀਂ ਸਕਦੀ ਦੇਖੋ ਜੀ ਇੱਕ ਟਰਮ ਹੁੰਦੀ ਹੈ ਸਸਤਾ ਤੇ ਟਿਕਾਊ ਸੌਦਾ ਹੂੰ ਹੂੰ ਟਿਕਾਊ ਹੈਗਾ ਜਾਂ ਨਹੀਂ ਹੈਗਾ ਸਰਕਾਰ ਚੈੱਕ ਕਰ ਲੈ ਹੂੰ ਸਸਤਾ ਤੇ ਹੀ ਕਹਿ ਰਹੇ ਆ ਸਸਤਾ ਤੇ ਹੀ ਆਲਟਰਨੇਟਿਵ ਪੇਸ ਕਰ ਹੀ ਰਹੇ ਆਂ ਔਰ ਬਾਕੀ ਕੋਈ ਇਨੀ ਹਾਰਮ ਹਾਰਮਫੁਲ ਚੀਜ਼ ਤੇ ਹੈ ਨਹੀਂ ਸਾਈਡ ਇਫੈਕਟ ਕੋਈ ਹੈ ਨਹੀਂ ਇਹਦੇ ਨਾਲ ਕੋਈ ਨੁਕਸਾਨ ਹੋ ਜਵੇ ਪਸ਼ੂ ਦਾ ਹੈ ਨਾ ਹਾਂ ਅੱਛਾ ਬਾਪੂ ਜੀ ਇੱਕ ਹੋਰ ਜਿਹੜੀ ਜਿਹੜੀ ਅਗਲੀ ਚਿੰਤਾ ਦਾ ਵਿਸ਼ਾ ਹੈ ਜਦੋਂ ਹੁਣ ਪਸ਼ੂਆਂ ਦੀ ਮੌਤ ਹੋ ਰਹੀ ਹੈ ਹੱਡਾ ਰੋੜੀਆਂ ਬਹੁਤ ਥਾਂ ਮਤੇ ਹੈ ਨਹੀਂ ਜੇ ਹੈਗੀਆਂ ਨੇ ਤਾਂ ਇੰਨੇ ਵੱਡੇ ਪੱਧਰ ਤੇ ਕਿੱਥੇ ਉਹਨਾਂ ਨੂੰ ਜਿਹੜੇ ਪਸ਼ੂ ਨੇ ਉਹਨਾਂ ਦੀ ਡੈਡ ਬਾਡੀਜ਼ ਨੂੰ ਰੱਖਿਆ ਜਾਵੇ 스ਮੈਲ ਆਉਂਦੀ ਆ ਬਦਬੂ ਫੈਲਦੀ ਆ ਮੈਨੂੰ ਲੱਗਦਾ ਹੋਰ ਬਿਮਾਰੀਆਂ ਵੀ ਫੈਲ ਸਕਦੀਆਂ ਨੇ ਬਿਲਕੁਲ ਇਹ ਬਹੁਤ ਪਿੰਡਾਂ ਵਿੱਚ ਤਾਂ ਹੈਗੇ ਜਿਨ੍ਹਾਂ ਨੇ ਵੱਡੇ ਨਗਰ ਨੇ ਉੱਥੇ ਹੀ ਨਹੀਂ ਉੱਥੇ ਪਸ਼ੂ ਜਾ ਹੁੰਦੇ ਜਿਵੇਂ ਲੁਧਿਆਣੇ ਲਾ ਲੋ ਜਾਨੇ ਕਿਨੇ ਪਸ਼ੂ ਨੇ ਅ ਡੇਰੀਆਂ ਦਾ ਕੰਮ ਹੈਗਾ ਸਾਡਾ ਰੋੜ ਹੀ ਨਹੀਂ ਫਿਰ ਕਿਸੇ ਪਿੰਡੇ ਜਾਣਗੇ ਇਹਦਾ ਵੀ ਇੰਤਜ਼ਾਮ ਕਰਨਾ ਚਾਹੀਦਾ ਨਹੀਂ ਤਾਂ ਇਸ ਤੋਂ ਜਿਹੜੀ ਜਿਹੜੀ ਬਿਮਾਰੀ ਆ ਲਾਗ ਨਾਲ ਬਹੁਤ ਜ਼ਿਆਦਾ ਫੈਲਦੀ ਆ ਫਿਰ ਕੁੱਤੇ ਆਉਂਦੇ ਨੇ ਅਸੇ ਅੱਗੇ ਜੇ ਗਿਰਜਾ ਹੁੰਦੀਆਂ ਸੀ ਉਹ ਹੈ ਨਹੀਂ ਹੁਣ ਅੱਗੇ ਤਾਂ ਉਹ ਇਹਨਾਂ ਦੀ ਸੇਵਾ ਕਰ ਦਿੰਦੇ ਸਨ ਗਿਆ ਉਹ ਮਾਸ ਇਹਨਾਂ ਦੇ ਖਾਇ ਹੁਣ ਤਾਂ ਕੁੱਤੇ ਨੇ ਆਵਾਰਾ ਉਹ ਕੁੱਤੇ ਖਾਂਗੇ ਤੇ ਉਹ ਘਰਾ ਚੋਂਗੇ ਦੁਵਾਰੀ ਬਿਮਾਰੀ ਮਤਲਬ ਬਹੁਤ ਸਾਰੇ ਪਾਸੇ ਤੋਂ ਆਪਾਂ ਆਪਾਂ ਔਖੇ ਸਮੇਂ ਚੋਂ ਨਿਕਲ ਰਹੇ ਹਾਂ ਜੇ ਸੋਚੇ ਸਮਝਿਆ ਜਾਵੇ ਇਹਨੂੰ ਇੱਕ ਪਾਸੇ ਤਾਂ ਜਿਹੜਾ ਦੁੱਧਾਰੂ ਪਸ਼ੂ ਹੈ ਉਹਦਾ ਵੀ ਪਸ਼ੂ ਦਾ ਵੀ ਨੁਕਸਾਨ ਹੋ ਰਿਹਾ ਹੈ ਉਹ ਵੀ ਔਖੇ ਦੌਰ ਚ ਹੈ ਤੇ ਪਸ਼ੂ ਪਾਲਕ ਵੀ ਫਿਰ ਉਹਦੀ ਲਾਸ਼ ਦਾ ਨਿਵੇੜਾ ਹੈ ਨਹੀਂ ਕਿਹੜੇ ਅੱਛਾ ਇੱਕ ਹੋਰ ਜਿਹੜਾ ਸਭ ਤੋਂ ਵੱਡਾ ਸਵਾਲ ਲੋਕਾਂ ਦੇ ਮਨਾਂ ਚ ਆ ਰਿਹਾ ਹੈ ਕਿ ਪਸ਼ੂ ਦੁੱਧ ਦਿੰਦਾ ਹੈ ਹੁਣ ਲੰਪਿਸ ਕਹਿੰਦੇ ਬਿਮਾਰੀ ਫੈਲੀ ਹੋਈ ਆ ਲੋਕ ਸੋਚਦੇ ਨੇ ਦੁੱਧ ਪੀਏ ਨਾ ਪੀਏ ਕੀ ਕੀ ਇਹਦੇ ਵਿੱਚ ਡਾਕਟਰ ਸਾਹਿਬ ਇਹਦਾ ਵੀ ਜਵਾਬ ਜ਼ਰੂਰ ਦੇਖੋ ਜਦੋਂ ਤਾਂ ਦੁੱਧ ਉਬਲ ਗਿਆ ਹਮ ਉਹਦੇ ਚੋਂ ਕੋਈ ਬਿਮਾਰੀ ਬਚੀ ਨਹੀਂ ਹਮ ਹਾਂ ਪਰ ਦੂਜੀ ਗੱਲ ਇਹ ਆ ਕਿ ਪਸ਼ੂ ਵਿਚਾਰਾ ਦੁੱਧ ਦਿੰਦਾ ਹੀ ਕਿੱਥੇ ਆ ਹਮ ਉਹਦੇ ਥਾਣਾ ਤੇ ਤੇ जख्म ਨੇ ਤੁਸੀਂ ਖੁਦ ਵੀ ਉਹਦੇ ਹੱਥਾਂ ਨਹੀਂ ਲਾਓਗੇ ਨਾ ਉਹਨੂੰ ਤੇ ਦੁੱਧ ਸੁੱਕ ਗਿਆ ਉਹਦਾ 10 ਕਿਲੋ ਵਾਲਾ ਕਿਲੋ ਤੇ ਆ ਗਿਆ ਹਮ ਲੋਕੀ ਦੇ ਰਸੇ ਖੋਲ ਕੇ ਬਾਹਰ ਕੱਢੀ ਜਾ ਰਹੇ ਵਿਚਾਰਿਆਂ ਨੂੰ ਪਸ਼ੂਆਂ ਨੂੰ ਦੁੱਧ ਕਿੱਥੋਂ ਚੋਣਾ ਔਰ ਦੁੱਧ ਦੀ ਕਿੰਨੀ ਘਾਟ ਪੈਦਾ ਹੋ ਜਾਣੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਇੱਕ ਮਸਲਾ ਹੈ ਬਿਲਕੁਲ ਉਹ ਫਿਰ ਸਿੰਥੈਟਿਕ ਦੁੱਧ ਵਾਲੇ ਪਾਸੇ ਆ ਜਾਂਦੇ ਪੱਕੀ ਗੱਲ ਆ ਉਹ ਸਿਹਤ ਵਾਸਤੇ ਕਿੰਨਾ ਕੈਮੀਕਲ ਦੁੱਧ ਕਿੰਨਾ ਖਤਰਨਾਕ ਹੋਏਗਾ ਔਰ ਜਿਹੜਾ ਮੈਸੇਜ ਮੈਂ ਦੇਣਾ ਚਾਹੁੰਦਾ ਜੀ ਤੁਹਾਡੇ ਜਰੀਏ ਉਹ ਮੈਸੇਜ ਇਹ ਆ ਕਿ ਜਦੋਂ ਜਦੋਂ ਬਾਕਸ ਆਈ ਵੱਡੀ ਮਾਤਾ ਜੀ ਨੂੰ ਕਹਿੰਦੇ ਸਮਾਲ ਬਾਕਸ ਆਈ ਉਹਦੇ ਜਦੋਂ ਅਟੈਕ ਹੋਏ ਉਹਦਾ ਇਲਾਜ ਲੱਭਿਆ ਸੀ ਬੈਂਜਾਮਿਨ ਬਸਤੀ ਨੇ ਹਮ ਬੈਂਜਾਮਿਨ ਬਸਤੀ ਇੱਕ ਕਿਸਾਨ ਸੀ ਜੀ ਬਾਅਦ ਚ ਐਡਵਰਡ ਜੈਨਰ ਨੇ ਉਹਨੂੰ ਇੰਪਰੂਵ ਕੀਤਾ ਉਸ ਚੀਜ਼ ਨੂੰ ਕਹਿਣ ਦਾ ਮਤਲਬ ਹੈ ਕਿ ਇੱਕ ਕਿਸਾਨ ਅਨਪੜ੍ਹ ਕਿਸਾਨ ਉਹਨੇ ਸਭ ਤੋਂ ਪਹਿਲਾਂ ਦੁਨੀਆ ਦੀ ਵੈਕਸੀਨ ਬਣਾਈ ਹਮ ਦੂਜੇ ਪਾਸੇ ਇੱਕ ਲੈਬਰਾਟਰੀ ਟੈਕਨੀਸ਼ੀਅਨ ਅ ਲੈਕੈਂਡਰ ਫਲੇਮਿੰਗ ਉਹਨੇ ਦੁਨੀਆ ਦੀ ਸਭ ਤੋਂ ਮਹਾਨ ਖੋਜ ਕੀਤੀ ਪੈਨਸਿਲਿਨ ਦੀ ਖੋਜ ਕੀਤੀ ਇੱਕ ਜਿਹੜਾ ਸੀਗਾ ਜੌਨ ਫ੍ਰੈਡਰਿਕ ਬਾਂਟਿੰਗ ਜਿਹਨੇ ਇਨਸੂਲਿਨ ਦੀ ਖੋਜ ਕੀਤੀ ਉਹ ਸਟੂਡੈਂਟ ਸੀਗਾ ਰੋਨਾਲਡ ਰਾਸ ਵਿਚਾਰਾ ਵੈਟਰਨਰੀ ਅਫਸਰ ਸੀ ਇੰਡੀਅਨ ਆਰਮੀ ਦੇ ਵਿੱਚ ਹੋਰ ਇਦਾਂ ਹੀ ਸਾਰੇ ਨਹੀਂ ਸਟੋਰੀਆਂ ਇਦਾਂ ਹੀ ਨੇ ਤੇ ਐਂਟੋਨ ਵਨ ਲਿਊਵਨਹਾਕ ਉਹ ਵਿਚਾਰਾ ਕੜੀ ਸਾਸੀ ਤੇ ਕਹਿੰਦਾ ਮਤਲਬ ਇਹ ਆ ਕਿ ਅੱਜ ਤੁਸੀਂ ਇਹ ਕਹਿੰਦੇ ਹੋ ਕਿ ਉਸੇ ਹੀ ਸਾਇੰਟਿਸਟ ਨੂੰ ਖੋਜ ਅੱਗੇ ਵਧਾਵਾਂਗੇ ਜਿਹਦੇ ਕੋਲ 2.6 ਬਿਲੀਅਨ ਡਾਲਰ ਹੋਣਗੇ ਇਹ ਕਿਧਰ ਦਾ ਇਨਸਾਫ ਆ ਯਾਰ ਸਾਹ ਚਲੋ ਹੁਣ ਤਾਂ ਸੀਐਮ ਭਗਵੰਤ ਮਾਨ ਤੱਕ ਵੀ ਅਪੀਲ ਕਰਦੇ ਆਂ ਕਿ ਦਵਾਈ ਦਾ ਟ੍ਰਾਇਲ ਕਰਕੇ ਦੇਖ ਲਓ ਜੇ ਫਾਇਦੇਮੰਦ ਹੈਗੀ ਹੈ ਤਾਂ ਬਚਾ ਲਓ ਪਸ਼ੂਆਂ ਨੂੰ ਬਚਾ ਲਓ ਪਸ਼ੂਆਂ ਨੂੰ ਆਪਣਾ ਮਸਲ ਮਕਸਦ ਇੰਨਾ ਹੀ ਆ ਕਿ ਸਰਕਾਰ ਆਪਣੇ ਕਿਸਾਨਾਂ ਨੂੰ ਰਾਹਤ ਦੇ ਬੜੇ ਸੰਕਟ ਹੱਥ ਆਈ ਹੋਈ ਹੈ ਕਿਸਾਨੀ ਉਹਦੇ ਚੋਂ ਨਿਕਲਣ ਦਾ ਇਹ ਰਸਤਾ ਹੈ ਔਰ ਇਹ ਖਾਲੀ ਇੱਥੇ ਨਹੀਂ ਰੁਕੇਗੀ ਇਹ ਖੋਜ ਇਹ ਖੋਜ ਨੋਬਲ ਪ੍ਰਾਈਜ਼ ਤੱਕ ਜਾਏਗੀ ਐਡੀ ਬੜੀ ਖੋਜ ਹੈ ਐਂਟੀਵਾਇਰਲ ਡਰਗ ਦੀ ਬ੍ਰੌਡ ਸਪੈਕਟਰ ਐਂਟੀਵਾਇਰਲ ਡਰਗ ਹੈ ਇਸ ਕਰਕੇ ਪੰਜਾਬ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਉੱਚਾ ਹੋਏਗਾ ਪੰਜਾਬ ਦੀ ਧਰਤੀ ਨੂੰ ਲੋਕ ਸਲਾਮਾ ਕਰਨਗੇ ਇਸ ਕਰਕੇ ਮਾਨਯੋਗ ਚੀਫ ਮਿਨਿਸਟਰ ਸਾਹਿਬ ਇੱਥੇ ਕੋਈ ਧਿਆਨ ਦਿਓ ਇੰਨਾ ਹੀ ਸਾਡਾ ਕਹਿਣਾ ਚਲੋ ਬਹੁਤ ਧੰਨਵਾਦ ਡਰਗ ਸਾਇੰਟਿਸਟ ਡਾਕਟਰ ਬੀਐਸ ਹੌਲਕ ਜੀ ਬਾਪੂ ਬਲਕੌਰ ਸਿੰਘ ਜੀ ਗੱਲਬਾਤ ਕਰਨ ਦੇ ਲਈ ਸਾਡਾ ਅੱਜ ਦੀ ਗੱਲਬਾਤ ਦਾ ਮਕਸਦ ਹੀ ਇਹ ਸੀ ਕਿ ਪਸ਼ੂਆਂ ਦੇ ਵਿੱਚ ਲੰਪੀ ਸਕਿਨ ਦੀ ਬਿਮਾਰੀ ਫੈਲੀ ਹੋਈ ਹੈ ਇੱਕ ਦਵਾਈ ਹੈਗੀ ਹੈ ਖੋਜ ਕੀਤੀ ਹੈ ਬਹੁਤ ਸਾਰੇ ਬਿਮਾਰੀਆਂ ਤੇ ਪਹਿਲਾਂ ਵੀ ਅਸਰਦਾਰ ਹੈ ਤੇ ਲੰਪੀ ਸਕਿਨ ਦੀ ਬਿਮਾਰੀ ਦੇ ਵਿੱਚ ਵੀ ਜਿਹੜੇ ਡਰਗ ਸਾਇੰਟਿਸਟ ਨੇ ਬੀਐਸ ਹੌਲਕ ਸਾਹਿਬ ਕਹਿ ਰਹੇ ਨੇ ਕਿ ਇਹ ਉਨਾ ਤੇ ਵੀ ਅਸਰ ਕਰਦੀ ਹੈ ਤੇ ਬਿਮਾਰੀ ਜਿਹੜੀ 올ंपिक स्किन ਦੀ ਠੀਕ ਹੁੰਦੀ ਹੈ ਤਾਂ ਸਰਕਾਰ ਨੂੰ ਵੀ ਅਪੀਲ ਹੈ ਜਰੂਰ ਇਸ ਤੇ ਟ్రਾਇਲ ਕੀਤਾ ਜਾਵੇ ਬਹੁਤ ਸਾਰੇ ਲੋਕ ਇਸ ਨੂੰ ਵਰਤ ਵੀ ਰਹੇ ਨੇ ਉਹ ਵੀ ਕਹਿੰਦੇ ਨੇ ਕੋਈ ਹਾਰਮਫੁਲ ਨਹੀਂ ਸਗੋ ਪਸ਼ੂ ਠੀਕ ਹੋ ਰਹੇ ਨੇ ਤੁਸੀਂ ਵੀ ਜਰੂਰ ਸੋਚੋ ਇਸ ਤੇ ਫਿਲਹਾਲ ਇਸ ਪੇਸ਼ਕਸ਼ ਚੰਨ ਹੀ ਸੰਦੇ ਹੋ ਇਜਾਜ਼ਤ ਧੰਨਵਾਦ